सोहने कपड़े पा के वधिया टौर कट के फेक जिहड़े आ ना उह जिहड़े सन्मान करनों हट जाओ मिंत दा वास्ता यार मिंत दा ही वास्ता प्रमोटर जिहड़े पाकिस्तान दे फेक सन्मान हो रहे ना जिहड़े टूरनामेंट ते झूठे ਉਹ ਨਾ ਯਾਰ ਕਰੋ ਕਿਉਂਕਿ ਬੱਚੇ ਦੀ ਜ਼ਿੰਦਗੀ ਦੇ ਨਾਲ ਖੇਡੋ ਨਾ ਹੋਣੇ ਚਾਹੀਦੇ ਪੱਕਾ ਰੂਲ ਹੋਣਾ ਚਾਹੀਦਾ ਹੈ ਕੋਈ ਆ ਫੜ ਕੇ ਲਾਉਣ ਵਾਲਾ ਰੂਲ ਨਹੀਂ ਹੋਣਾ ਚਾਹੀਦਾ ਹੱਥ ਨਾਲ ਇਹ ਰੂਲ ਹੀ ਹੈ ਨਹੀਂ ਗਾ ਕਬੱਡੀ 'ਚ ਕਾਮਨ ਨੰਬਰ ਹੀ ਨਹੀਂ ਹੁੰਦਾ ਕਬੱਡੀ 'ਚ ਪਹਿਲਾਂ ਬਾਹਰ ਨੂੰ ਖਿੱਚ ਕੇ ਲਈ ਜਾਂਦੇ ਹੁੰਦੇ ਸੀ ਉਹ ਖਾਣਾ ਆ ਉਹਨੂੰ ਧਿਆਨ ਨਾਲ ਖਾਓ ਹਾਰਟ ਅਟੈਕ ਬਹੁਤ ਹੋ ਰਿਹਾ ਨੇ ਕਦੇ ਵੀ ਬਿਮਾਰੀ ਬਾਹਰੋਂ ਉੱਡ ਕੇ ਨਹੀਂ ਆਉਂਦੀ ਕਿਸੇ ਨੂੰ ਬ੍ਰੇਨ ਹੈਮਰੇਜ ਕਿਸੇ ਨੂੰ ਹਾਰਟ ਅਟੈਕ ਸਭ ਤੋਂ ਬਿਗੈਸਟ ਹਾਰਟ ਅਟੈਕ ਪਾਕਿਸਤਾਨ 'ਚ ਹੋ ਰਹੇ ਨੇ ਪਲੇਅਰਾਂ ਨੂੰ ਵੀ ਹੋ ਰਹੇ ਨੇ ਤੁਹਾਡੀ ਮੇਰੀ ਉਹਦੇ ਨਾਲ 5 ਲੱਖ 'ਤੇ ਗੱਲ ਮੁੱਕਦੀ ਆ 10 'ਚ ਮੁੱਕਦੀ ਆ 6 ਲੱਖ 'ਚ ਮੁੱਕਦੀ ਆ 2 'ਚ ਮੁੱਕਦੀ ਆ ਪੈਸੇ ਉਹਨੂੰ ਐਡਵਾਂਸ ਅਤੇ ਮੈਚ ਉਹਨੇ ਸਾਰਾ ਸਾਲ ਸਾਡੇ ਕਲੱਬ ਦੇ ਖੇਡਣੇ ਇੱਕ ਸਾਲ ਖੇਡ ਕੇ ਉਸ ਤੋਂ ਬਾਅਦ ਨਵੇਂ ਸਿਰੇ ਅਗਰ ਉਹ ਕਰਦਾ ਸਹੀ ਹੈ ਨਹੀਂ ਕਿਸੇ ਹੋਰ ਵੱਲੋਂ ਜਾਂਦਾ ਸਹੀ ਕਮ ਸੇ ਕਮ ਕਬੱਡੀ ਨੂੰ ਉੱਤੇ ਲਿਆਓ 11 ਬੰਦੇ ਬਣ ਕੇ ਇੱਕ 1-5 ਮੋਟਰਸਾਈਕਲ ਦੇ ਡੇ ਆ ਬਾਹਰ ਬੈਠੇ ਨੇ ਸਾਰੇ ਕੀ ਵਟਿਆ ਕਰ ਲਿਆ ਜੀ $100 ਨਹੀਂ ਪੈਂਦਾ ਫਿਰ 11 ਬੰਦੇ ਕਹਿੰਦੇ ਸਾਡਾ ਨਾਮ ਵੀ ਵਾਰ ਵਾਰ ਲਓ ਕਈ ਇੱਥੇ ਐਸੇ ਪ੍ਰਮੋਟਰ ਹੁਣ ਇੱਕ ਟਾਪ ਦਾ ਪਲੇਅਰ ਆ ਉਹ ਟਾਪ 'ਚ ਆ ਇਸ ਟਾਈਮ ਉਹਨੂੰ ਇੱਕ ਮੋਟਰਸਾਈਕਲ 1-5 ਦੇ ਕੇ ਸਾਰਾ ਸਾਲ ਬਲੈਕਮੇਲ ਕਰਦੇ ਰਹਿਣਾ ਆਪਣੇ ਹਰ ਮੈਚ ਉਹਦਾ ਨਾਮ ਆਪਣਾ ਬੁਲਾਉਂਦੇ ਰਹਿਣਾ ਉਹਨੂੰ ਕੀ ਤੁਸੀਂ ਦੇਣ ਡੇ ਜੇ 1.5 ਲੱਖ ਰੁਪਈਆ ਇੰਡੀਆ ਦੇ ਪਲੇਅਰ ਨੇ ਉਹ ਜਿਹੜਾ 2.5 ਆ ਪੂਰੇ ਸਾਲ 'ਚ ਇੱਕ ਦਿੰਦੇ ਆ ਸਾਡੇ ਵਰਗਿਆਂ ਨੂੰ ਇਹਨਾਂ ਕਰਕੇ ਤੈਨੂੰ ਉੱਥੋਂ ਲੱਭਣ ਡਿਆ 10 ਲੱਖ ਉਸਤਾਦ ਦਾ 5 'ਚ ਗੁਜ਼ਾਰਾ ਕਰ ਲਾ ਉਹ ਇਹਦਾ ਮਤਲਬ ਉਸਤਾਦ ਤੇਰਾ ਸਕਾ ਨਹੀਂ ਕਦਰ ਕਰ ਉਹਦੀ ਲੇਕਿਨ ਉਹ ਉੱਥੋਂ ਆ ਕੇ ਮਾਰਨਾ ਖਾ ਜਿੱਥੇ ਤੇਰੇ ਘਰ ਨੂੰ ਘਾਟਾ ਪਵੇ ਕਿਉਂਕਿ ਤੂੰ ਆ ਜਿਹੜੇ ਕੋਈ 10 ਸਾਲ ਜ਼ਲੀਲ ਹੋ ਕੇ ਇਸ ਮੁਕਾਮ ਨੂੰ ਲੱਭਣ ਲਈ ਪਾਇਆ ਨਾ ਜੇ ਉਹ ਮੁਕਾਮ ਲੱਭ ਕੇ ਵੀ ਤੂੰ ਭੁੱਖਾ ਰਹਿਣਾ ਫਿਰ ਉਹ ਤੇਰੀ 10 ਸਾਲ ਦੀ ਮਿਹਨਤ ਸਾਰੀ ਸਵਿਮਿੰਗ ਪੂਲ ਦੇ ਵਿੱਚ ਮੈਂ ਉਹਨਾਂ ਦਾ ਦਿਲੋਂ ਰੀ ਨਹੀਂ ਰਵਾਂਗਾ ਉਸ ਇਨਸਾਨ ਨੇ ਮੇਰੇ ਨਾਲ ਪਿਆਰ ਕੀਤਾ ਮੈਨੂੰ ਕਹਿੰਦੇ ਕਿੱਦਾਂ ਆਏ ਆ ਮੈਂ ਕਿਹਾ ਇੱਦਾਂ ਕਬੱਡੀ ਗਰਾਊਂਡ ਕਹਿੰਦੇ ਵੀ ਆਪਾਂ ਬਹੁਤ ਏਸੀ ਦੇ ਆਸ਼ਕ ਬੰਦੇ ਹਾਂ ਤੁਸੀਂ ਥੈਂਕ ਯੂ ਤੁਸੀਂ ਪਾਕਿਸਤਾਨੀ ਕਬੱਡੀ ਨੂੰ ਪ੍ਰਮੋਟ ਕਰਦੇ ਆ ਮੇਰੇ ਲਾਇਕ ਸੇਵਾ ਦੱਸਿਓ ਮੈਂ ਕਿਹਾ ਕੋਈ ਸੇਵਾ ਨਹੀਂ ਜੀ ਉੱਥੇ ਕੈਨੇਡਾ ਤੁਸੀਂ ਗਏ ਸੀ ਉੱਥੇ ਵੀ ਇੱਕ ਮਤਲਬ 2 ਫੈਡਰੇਸ਼ਨਾਂ 'ਚ ਮੈਚ ਡਬਲ ਮੈਚ ਹੁੰਦੇ ਸੀ ਦੂਜੇ ਮੈਚ ਵੀ ਫੈਡਰੇਸ਼ਨ ਦੇ ਹੁੰਦੇ ਸੀ ਇੱਕ ਤੁਹਾਡੇ ਵਾਲੀ ਦਾ ਵੀ ਹੁੰਦੇ ਸੀਗੇ ਅਤੇ ਉਹ ਤੁਹਾਨੂੰ ਲੱਗਦਾ ਸੀ ਤੁਹਾਨੂੰ ਉੱਧਰ ਵੀ ਖੇਡਣਾ ਚਾਹੀਦਾ ਸੀ ਉਹ ਕੀ ਮਸਲਾ ਮਸਾਇਲ ਸੀ ਮੈਂ ਇਹ ਆਹਨਾ ਜੀ ਫੈਡਰੇਸ਼ਨਾਂ ਜਿੰਨੀਆਂ ਜ਼ਿਆਦਾ ਤੋਂ ਜ਼ਿਆਦਾ ਬਣਨ ਉਹ ਬੈਸਟ ਆ ਕਿਉਂਕਿ ਮੁੰਡੇ ਜ਼ਿਆਦਾ ਖੇਡਣਗੇ ਉਹਨੇ ਮੁੰਡੇ ਜ਼ਿਆਦਾ ਖੇਡਣਗੇ ਅੱਗੇ ਫੈਡਰੇਸ਼ਨ ਸੀ ਇੱਕ ਮੁੰਡੇ ਉਹ ਪਾਕਿਸਤਾਨ ਨੂੰ 2 ਜਾਂਦੇ ਹੁੰਦੇ ਸੀ 2 ਜਾਂ 3 ਐਤਕੀ ਫੈਡਰੇਸ਼ਨਾਂ ਬਣੀਆਂ 2-3 ਮੁੰਡੇ ਤੁਹਾਡੇ ਸਾਹਮਣੇ ਕਿੰਨੇ ਗਏ ਐਤਕੀ ਤਕਰੀਬਨ 18-20 ਮੁੰਡੇ ਗਏ ਇਸੇ ਤਰ੍ਹਾਂ ਹੀ ਆ ਕਿ ਅਗਰ ਇੱਕ ਰਹੂਗੀ ਤੇ ਮੌਕਾ ਚੰਦਨ ਨੂੰ ਲੱਭੂਗਾ ਅਗਰ ਇਹੋ ਹੀ ਮੈਚ ਉੱਥੇ 2 ਫੈਡਰੇਸ਼ਨਾਂ 3 ਕਰਾਉਂਦੀਆਂ ਨੇ ਤੇ ਮੌਕਾ ਸਭ ਨੂੰ ਲੱਭੂਗਾ ਮੇਰੇ ਖਿਆਲ ਨਾਲ ਤੇ ਭਾਈ ਲੱਕੀ ਬਾਈ ਤਸਲੀਮ ਕਰਨ ਕਿ ਮੈਨੂੰ ਵਧੀਆ ਲੱਗਦਾ ਕਿ ਜਿੰਨੇ ਤੁਹਾਡੇ ਬਣਨ ਉਨੇ ਵਧੀਆ ਆ ਜਿੰਨੀਆਂ ਫੈਡਰੇਸ਼ਨਾਂ ਬਣਨ ਉਨਾ ਵਧੀਆ ਆ ਕਿਉਂਕਿ ਉਨੇ ਹੀ ਪਲੇਅਰ ਜ਼ਿਆਦਾ ਜਾਣਗੇ ਉੱਤੋਂ ਮੈਂ ਇੱਕ ਗੱਲ ਕਰਨਾ ਚਾਹੁੰਦਾ ਪਾਕਿਸਤਾਨ ਦੀ ਕਬੱਡੀ ਦੀ ਬੰਦੇ ਅਕਸਰ ਆਉਂਦੇ ਮੈਂ ਚੁੱਕਵੀਂ ਗੱਲ ਕਰਦਾ ਮੈਨੂੰ ਬੁਰੀ ਲੱਗਦੀ ਆ ਆਹ ਹੁਣ ਸਾਡੇ ਪਾਕਿਸਤਾਨ ਦੇ ਪ੍ਰਮੋਟਰ ਨੇ ਮਨਾਂ ਨੂੰ ਬੁਰਾ ਨਹੀਂ ਆਉਂਦਾ ਲੇਕਿਨ ਇਹ ਕੀ ਕਰਦੇ ਆ ਇਹ ਪਲੇਅਰਾਂ ਨਾਲ ਖੇਡਦੇ ਆ ਅਤੇ ਪਲੇਅਰ ਉਹੋ ਜਿਹੇ ਮੈਂ ਤੁਸੀਂ ਕਹਿ ਲਓ ਕਿ ਇੰਨੀ ਅਕਲ ਨਹੀਂ ਰੱਖਦੇ ਜਾਂ ਜਾਣ ਕੇ ਵੇਲਾ ਨਿਗਾਉਂਦੇ ਆ ਹੁਣ ਇੱਕ ਟਾਪ ਦਾ ਪਲੇਅਰ ਆ ਉਹ ਟਾਪ 'ਚ ਆ ਇਸ ਟਾਈਮ ਉਹਨੂੰ ਇੱਕ ਮੋਟਰਸਾਈਕਲ 1-5 ਦੇ ਕੇ ਸਾਰਾ ਸਾਲ ਬਲੈਕਮੇਲ ਕਰਦੇ ਰਹਿਣਾ ਆਪਣੇ ਹਰ ਮੈਚ 'ਚ ਉਹਦਾ ਨਾਮ ਆਪਣਾ ਬੁਲਾਉਂਦੇ ਰਹਿਣਾ ਉਹਨੂੰ ਕੀ ਤੁਸੀਂ ਦੇਣ ਡੇ ਜੇ 1.5 ਲੱਖ ਰੁਪਈਆ ਇੰਡੀਆ ਦੇ ਪਲੇਅਰ ਨੇ ਉਹ ਜਿਹੜਾ 2.5 ਆ ਪੂਰੇ ਸਾਲ 'ਚ ਇੱਕ ਦਿੰਦੇ ਆ ਸਾਡੇ ਵਰਗਿਆਂ ਨੂੰ ਉਹ 2-3 ਦੇਣਾ ਜੀ 1-1 ਲੈ ਜਾਂਦੇ ਪ੍ਰਮੋਟਰਾਂ ਨੂੰ ਬਿਲਕੁਲ ਅਤੇ ਜਦੋਂ ਕੱਲ੍ਹ ਨੂੰ ਇਸ ਪਲੇਅਰ ਨੂੰ ਠੋਕਰ ਵੱਜਦੀ ਆ ਇਹੋ ਪ੍ਰਮੋਟਰ ਪੁੱਛਦਾ ਵੀ ਨਹੀਂ ਸਾਰੇ ਜਿੱਦਾਂ ਦੇ ਘਰਾਂ 'ਚ ਹੋਇਆ ਤੁਹਾਨੂੰ ਵੀ ਪਤਾ ਆ ਸਾਰੇ ਆਪਣੇ ਕੋਈ ਮਾੜੇ ਘਰ ਦਾ ਕੋਈ ਵੀ ਇੱਡੇ ਸਾਨ ਕਰਦਾ ਨਹੀਂ ਹੈ ਕਿ ਜਿਹੜਾ ਇੱਥੇ ਕਬੱਡੀ 'ਚ ਆਵੇ ਇਹ ਤਾਂ ਬਹੁਤ ਚੰਦ ਕੋਈ 1-2 ਪਲੇਅਰ 4 ਹੋਣਗੇ ਜਿਹੜੇ ਮਤਲਬ ਘਰੋਂ ਮਤਲਬ ਤੇ ਉਹਨਾਂ ਦਾ ਜਿਹੜਾ ਵੇਲਾ ਹੁੰਦਾ ਆ ਆਪਣੇ ਆਪ ਨੂੰ ਕੈਸ਼ ਕਰਨ ਦਾ ਉਹ ਅਗਲੇ ਨੂੰ ਕੈਸ਼ ਕਰਾਉਂਦੇ ਲੰਘਾ ਜਾਂਦੇ ਆ ਤੇ ਜਦੋਂ ਵੇਲਾ ਲੰਘ ਜਾਂਦਾ ਉਦੋਂ ਬੰਦੇ ਆਉਂਦੇ ਆ ਕਿ ਤੂੰ 40 ਦਾ ਕਰਕੇ ਜੁੜਿਆ ਹੁਣ ਤੇਰੀ ਕਬੱਡੀਆਂ ਨਹੀਂ ਹੁਣ ਤੈਨੂੰ ਕੀ ਕਰਨਾ ਜੀ ਤੇ ਇਸ ਲਈ ਮੈਂ ਰਿਕੁਐਸਟ ਕਰੂੰਗਾ ਜਿਹੜੇ ਕੋਚ ਨੇ ਜਾਂ ਜਿਹੜੇ ਪ੍ਰਮੋਟਰ ਨੇ ਆਪਣਾ ਨਾਮ ਤੇ ਤੁਸੀਂ ਬੜਾ ਬੁਲਾਉਂਦੇ ਜੇ ਤੇ ਲੇਕਿਨ ਕਮ ਸੇ ਕਮ ਪਲੇਅਰ ਦਾ ਵੀ ਅਹਿਸਾਸ ਕਰੋ ਕਿ ਉਹਦਾ ਵੀ ਘਰ ਬਾਰ ਹੈਗਾ ਆ 1-5 ਦੇ ਕੇ ਸਾਰਾ ਸਾਲ ਉਹਨੂੰ ਰਗੜਾ ਨਾ ਦੇਈ ਰੱਖੋ ਤੇ ਤੁਸੀਂ ਸਾਲ ਹੋ ਗਿਆ ਮੈਂ ਐਲਾਨ ਕਰਦਾ ਜਿਹੜੇ ਤਗੜੇ ਪ੍ਰਮੋਟਰ ਇਹ ਮੇਰੇ ਕੋਲ 1-1 1-5 ਲੈ ਲੈਣ ਪਰ ਇੱਕ ਕਬੱਡੀ ਦੀ ਜਾਂ ਛੱਡ ਦੇਣ
ਜਿਹੜੇ ਬਲੈਕਮੇਲ ਕਰਦੇ ਪਲੇਅਰਾਂ ਨੂੰ ਤੇ ਇਦਾਂ ਕਰਕੇ ਕਰਦੇ ਨਾ, ਇਹ ਕੰਮ ਨਾ ਕਰੋ। ਕਮ ਸੇ ਕਮ ਕਬੱਡੀ ਨੂੰ ਉੱਤੇ ਲਿਆਓ। 11 ਬੰਦੇ ਬਣ ਕੇ ਇੱਕ 1-5 ਮੋਟਰਸਾਈਕਲ ਦੇ ਡੇ ਆ, ਬਾਹਰ ਬੈਠੇ ਨੇ ਸਾਰੇ। ਕੀ ਵਟਿਆ ਕਰ ਲਿਆ ਜੀ, $100 ਨੀ ਪੈਂਦਾ। 11 ਬੰਦੇ ਕਹਿੰਦੇ ਸਾਡਾ ਨਾਮ ਵੀ ਬਾਰ ਬਾਰ ਲਓ। ਕਈ ਇੱਥੇ ਐਸੇ ਪ੍ਰਮੋਟਰ ਵੀ ਚਿੱਕੜ ਚੋਰੀ ਹੈਗੇ ਨੇ, ਸੂਟ ਚੰਗਾ ਪਾ ਕੇ ਜਾਂਦੇ ਆ, ਸੋਹਣੀ ਐਨਕ ਲਾ ਕੇ ਜਾਂਦੇ ਆ, ਪੱਲੇ ਆਨੇ ਦਾ ਵੀ ਕੱਖ ਨੀ, ਖਲੋ ਜਾਂਦੇ ਆ। 5,000 ਰੁਪਇਆ ਲੈ ਕੇ 500 ਕਰਕੇ ਬੜਾ ਪੈਸਾ ਬਣਦਾ, 500 ਦੇ ਕੇ 5,000 ਬਣਾਉਂਦੇ ਆ, ਬੜਾ ਪੈਸਾ ਬਣ। ਇਹੋ ਹੀ ਪੈਸਾ ਜੇ ਤੂੰ ਦੇਣਾ ਆ ਤੇ ਆਪਣੇ ਕਲੱਬ ਚ ਦੇ ਕਿਸੇ ਪਲੇਅਰ ਨੂੰ, ਇੱਦਾਂ ਪਤਾ ਲੱਗੇ ਮੈਂ ਲਿਆ ਆ। ਤੁਸੀਂ ਪਲੇਅਰਾਂ ਦੇ ਹਵਾਲੇ ਨਾਲ ਵੀ ਗੱਲ ਕਰੋ ਨਾ, ਵੀ ਪਲੇਅਰਾਂ ਨੂੰ ਵੀ ਆਪਣੀ ਜਗ੍ਹਾ ਤੇ ਰੁਕਣਾ ਟਿਕਣਾ ਚਾਹੀਦਾ। ਭਾਜੀ ਪਲੇਅਰ ਜੇ ਮੈਂ ਕਿਸੇ ਦੇ ਨਾਲ ਲੱਗਾ ਤੇ ਮੈਂ ਉਹਦੇ ਨਾਲ ਲੱਗਾ ਵੀ ਰਵਾਂ, ਜਾਂ ਇਹ ਕੀ ਭਾਜੀ ਉਹ ਕਿੱਦਾਂ ਲੱਗਾ ਰਵੇ? ਲੱਗਣ ਰਹਿਣ ਵਾਲਾ ਤਾਂ ਕੰਮ ਹੀ ਨਹੀਂ ਕਰਦੇ। ਜਿੱਥੇ ਪਲੇਅਰ ਦਾ ਮੁੱਲ ਸ਼ੁਰੂ ਹੋ ਕੇ ਮੁੱਲ ਮੁੱਕਦਾ ਉਹ ਤਾਂ ਲੱਭਦਾ ਹੀ ਨਹੀਂ ਇੱਥੋਂ। ਜਦੋਂ ਕੋਈ ਉਸ ਤੋਂ ਥੋੜ੍ਹੀ ਵਧੀਆ ਡੀਲ ਦਿੰਦਾ ਤਾਂ ਠੀਕ ਹੈ ਭਾਈ, ਮੈਂ ਤਾਂ ਇਹ ਆਖਾਂਗਾ ਕਿ ਜਿਹੜੇ ਪਲੇਅਰ ਨੂੰ ਵਧੀਆ ਡੀਲ ਲੱਭੇ, ਪੈਸਾ ਲੱਭੇ, ਉਹ ਚੁੱਪ ਕਰਕੇ ਆਪਣਾ ਪੈਸਾ ਕਮਾਵੇ। ਨਾ ਕੋਚ ਵੇਖੇ, ਨਾ ਹੀ ਉਸਤਾਦ ਵੇਖੇ। ਹਾਂ ਉਸਤਾਦ ਦੀ ਕਦਰ ਕਰ ਜਿੰਨੀ ਹੁੰਦੀ, ਲੇਕਿਨ ਪੈਸੇ ਦੇ ਮਾਮਲੇ ਨਾ ਕਰਕੇ ਤੈਨੂੰ ਉੱਥੋਂ ਲੱਭਣ ਡਿਆ 10 ਲੱਖ, ਉਸਤਾਦ ਦਾ 5 ਚ ਗੁਜ਼ਾਰਾ ਕਰ ਲਾ, ਉਹ ਇਹਦਾ ਮਤਲਬ ਉਸਤਾਦ ਤੇਰਾ ਸਕਾ ਨਹੀਂ। ਕਦਰ ਕਰ ਉਹਦੀ, ਲੇਕਿਨ ਉਹ ਉੱਥੋਂ ਆ ਕੇ ਮਾਰਨਾ ਖਾ ਜਿੱਥੇ ਤੇਰੇ ਘਰ ਨੂੰ ਘਾਟਾ ਪਵੇ, ਕਿਉਂਕਿ ਤੂੰ ਆ ਜਿਹੜੇ ਕੋਈ 10 ਸਾਲ ਜ਼ਲੀਲ ਹੋ ਕੇ ਇਸ ਮੁਕਾਮ ਨੂੰ ਲੱਭਣ ਲਈ ਪਾਇਆ ਨਾ, ਜੇ ਉਹ ਮੁਕਾਮ ਲੱਭ ਕੇ ਵੀ ਤੂੰ ਭੁੱਖਾ ਰਹਿਣਾ ਫਿਰ ਉਹ ਤੇਰੀ 10 ਸਾਲ ਦੀ ਮਿਹਨਤ ਜ਼ਾਇਆ ਆ। ਬਿਲਕੁਲ, ਪੈਸਾ ਲਓ, ਪੈਸੇ ਲਈ ਕਬੱਡੀ ਖੇਡਣ ਡੇ ਜੀ, ਸ਼ੌਕ ਲਈ ਵੀ ਖੇਡਦੇ ਆ। ਸ਼ੌਕ ਹੋ ਜਾਂਦਾ ਹੁੰਦਾ ਜਦੋਂ ਤਿਆਰ ਬੰਦਾ ਹੁੰਦਾ ਹੁੰਦਾ, ਤੇ ਜੇ ਤਿਆਰ ਹੋ ਜਾਂਦਾ ਉਦੋਂ ਸ਼ੌਕ ਨਹੀਂ, ਉਦੋਂ ਫਿਰ ਸਾਡਾ ਸਮਝ ਲਓ ਕਿ ਇਹੋ ਰੋਜ਼ੀ ਰਿਜ਼ਕ ਸਾਰਾ ਇੱਥੇ ਹੀ ਹੋ ਜਾਂਦਾ, ਜੋ ਬਣ ਜਾਂਦੀ। ਜਿਹੜਾ ਬੱਚਾ ਅੱਛਾ ਆ ਪਾਕਿਸਤਾਨ ਦਾ, ਸਾਡੇ ਵੱਲੋਂ ਵੈਲਕਮ ਹੈ, ਸਾਨੂੰ ਮਿਲੋ, ਬਿਲਾਲ ਨੂੰ ਮਿਲੋ, ਜਿਹੜਾ ਵੀ ਅੱਛਾ ਬੱਚਾ ਰੋਇਲ ਕਿੰਗ ਦੀ ਟੀਮ ਤੇ ਜਾਣੀ, ਪਰ ਜਿਹੜਾ ਅੱਛਾ ਬੱਚਾ ਉਹ ਆ ਕੇ ਮਿਲੇ ਵੀ ਮੈਂ ਖੇਡਣਾ ਚਾਹੁੰਦਾ ਕੈਨੇਡਾ ਦੇ ਵਿੱਚ। ਅੱਛਿਆਂ ਦਾ ਸਾਰਿਆਂ ਨੂੰ ਪਤਾ ਹੀ ਆ, ਬਿਲਾਲ ਨਾਲ ਆ ਕੇ ਕੰਟੈਕਟ ਕਰ ਲਓ, ਆਪਾਂ ਲਿਜਾਣੇ ਆ ਬੰਦੇ ਇਸ ਸਾਲ ਕੈਨੇਡਾ, ਬੰਦੇ ਵੱਧ ਤੋਂ ਵੱਧ ਜਾਣੇ ਆ। ਔਰ ਪਹਿਲਾਂ ਇਹ ਜਿਹੜੀਆਂ ਇਹ ਜਿਹੜੀਆਂ ਰਾਹ ਦਰੀਆਂ ਸਪੋਂਸਰਸ ਆ ਜਾਣੀਆਂ ਹੈਗੀਆਂ, ਸੋ ਇਹਦੇ 'ਚ ਕੋਈ ਸ਼ੱਕ ਨਹੀਂ। ਨਾਲ ਦੀ ਨਾਲ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ, ਸੋਹਣੇ ਕੱਪੜੇ ਪਾ ਕੇ, ਵਧੀਆ ਟੌਰ ਕੱਢ ਕੇ, ਫੇਕ ਜਿਹੜੇ ਆ ਨਾ ਉਹ ਜਿਹੜੇ ਸਨਮਾਨ ਕਰਨੋਂ ਹਟ ਜਾਓ। ਮਿਹਨਤ ਦਾ ਵਾਸਤਾ ਯਾਰ, ਮਿਹਨਤ ਦਾ ਹੀ ਵਾਸਤਾ। ਪ੍ਰਮੋਟਰ ਜਿਹੜੇ ਪਾਕਿਸਤਾਨ ਦੇ ਫੇਕ ਸਨਮਾਨ ਹੋ ਰਹੇ ਨਾ ਜਿਹੜੇ ਟੂਰਨਾਮੈਂਟ ਦੇ, ਝੂਠੇ, ਉਹ ਨਾ ਯਾਰ ਕਰੋ, ਕਿਉਂਕਿ ਬੱਚੇ ਦੀ ਜ਼ਿੰਦਗੀ ਦੇ ਨਾਲ ਖੇਡੋ ਨਾ, ਉਹਦੀ ਗੇਮ ਦੀ ਜ਼ਿੰਦਗੀ ਦੇ ਨਾਲ ਖੇਡੋ ਨਾ। ਤੁਹਾਨੂੰ ਨਾ ਸਨਮਾਨ ਹੋਇਆ, ਤੁਹਾਡਾ ਸਨਮਾਨ ਹੋਇਆ, ਤੁਹਾਨੂੰ ਆ ਕੇ ਤੁਹਾਡੇ ਰਿਸ਼ਤੇਦਾਰ ਵੀ ਪੁੱਛਦੇ ਆ ਵੀ ਵਧਾਈਆਂ ਮੁਬਾਰਕਾਂ, ਸਨਮਾਨ ਫਿਰ ਕਿੱਥੇ ਕਿੱਥੇ ਆ? ਅਗਲੇ ਸਨਮਾਨ ਕਰਾ ਕੇ ਉੱਥੋਂ ਉੱਥੇ ਬਾਹਰੋਂ ਬਾਹਰ ਲੈ ਜਾਂਦੇ ਆ, ਬੱਚੇ ਨੂੰ ਤਾਂ ਦਿੰਦੇ ਕੁਛ ਨਹੀਂ। ਝੂਠਾ ਨਾ ਕਿਉਂ ਬਣ ਰਿਹਾ? ਮੈਨੂੰ ਪਤਾ ਹੀ ਵਾਸਤਾ ਯਾਰ, ਵਧੀਆ ਕੱਪੜੇ ਪਾ ਕੇ ਆਉਂਦੇ ਤੁਸੀਂ ਟੂਰਨਾਮੈਂਟਾਂ ਦੇ, ਪਰ ਝੂਠੇ ਸਨਮਾਨ ਨਾ ਕਰਾਓ। ਮਿਹਨਤ ਆ ਸਾਡੀ, ਅਤੇ ਨੈਕਸਟ ਟਾਈਮ ਇਹ ਨਨਕਾਣਾ ਸਾਹਿਬ ਦੇ ਟੂਰਨਾਮੈਂਟ 'ਤੇ ਵੀ ਮੈਂ ਕਹਿ ਦਿੰਦਾ, ਜਿੰਨਿਆਂ ਦੇ ਸਨਮਾਨ ਹੋਣਗੇ ਪਹਿਲਾਂ ਸਾਡੇ ਨਾਲ ਕੰਟਰੈਕਟ ਕਰਨਗੇ। ਇਸ ਸਾਲ ਬਹੁਤ ਉੱਥੇ ਮੈਸ ਖਿਲਾਰਤੀ, ਬਹੁਤ ਬੰਦਿਆਂ ਨੇ, ਮੈਸੀ ਹੋ ਗਈ, ਦਬੜੂ ਕਸਬੂ ਹੋ ਗਿਆ, ਜਿਹੜੇ ਬੰਦੇ ਦਾ ਵੀ ਸਨਮਾਨ ਹੋਣਾ ਉਹ ਸਾਡੇ ਕੋਲ ਆਓ, ਔਰ ਸੱਚਾ ਐਂਡ ਸਹੀ ਸਨਮਾਨ ਅਸੀਂ ਕਰਾਉਣਾ। ਸਾਡੇ ਟੂਰਨਾਮੈਂਟ ਦੀ ਇਸ ਤਰੀਕੇ ਨਾਲ ਬਦਨਾਮੀ ਹੁੰਦੀ ਆ ਕਿ ਨਨਕਾਣਾ ਪੈਸੇ ਤੁਹਾਡੀ ਗੱਲ ਕਰਦਾ, ਨਨਕਾਣਾ ਇਹ ਭਾਜੀ ਲੱਕੀ ਉਹਨਾਂ ਨੂੰ ਦਊਗਾ। ਹਾਂ, ਇਹ ਚੀਜ਼ ਬਾਏ ਕਰਨਗੇ ਤਾਂ ਉਹ ਉੱਥੇ ਚੀਜ਼ ਦਿੱਤੀ ਜਾਊਗੀ। ਅਸੀਂ ਇੱਦਾਂ ਸਨਮਾਨ ਨਹੀਂ ਨੈਕਸਟ ਈਅਰ ਹੋਣਾ। ਤੁਸੀਂ ਮਸਲ ਦੇ ਨਾ ਪੈਸੇ ਦੇ ਰਹੇ ਸੀ ਨਾਲ, ਤੁਸੀਂ ਦੱਸ ਰਹੇ ਸੀ ਵੀ ਅਸੀਂ ਆਹ ਫਲਾਂ ਬੰਦੇ ਨੇ ਤੁਹਾਨੂੰ ਪੈਸੇ ਆਏ ਆ, ਉਹ ਤੁਸੀਂ ਵੀ ਦੱਸ ਰਹੇ ਸੀ ਵੀ ਤੁਹਾਨੂੰ ਕਿੰਨੇ ਕਿੰਨੇ ਪੈਸੇ ਪਿੱਛੋਂ ਦਿੱਤੇ ਆ, ਤੁਸੀਂ ਦੱਸਦੇ ਸੀ ਸਾਨੂੰ 26 ਨੇ 26 ਥਿਆੜੇ ਨੇ ਬੈਸਟ ਦੇਣੇ ਆ, ਜਿਹੜੇ 25,000 ਵੀ ਤੁਸੀਂ ਦਿੱਤੇ, ਫਿਰ ਤੁਸੀਂ ਇੱਕ ਬੰਦੇ ਦਾ ਨਾਂ ਲੈ ਰਹੇ ਸੀ ਵੀ ਤੁਹਾਨੂੰ 1,00,000 ਰੁਪਇਆ ਦੇ ਕੇ ਗਿਆ ਜੀ, ਆਪਣੇ ਰਿਹਾਨ ਬਸ਼ੀਨ, ਆਪਣੇ ਕਾਲਮ ਸਾਹਿਬ, ਮੈਨੂੰ 2 ਦਿਨ ਜਿੰਮ 'ਚ ਮਿਲੇ ਆ, ਚਨਾਬ ਕਲੱਬ ਦੀ ਜਿੰਮ ਅਤੇ ਸਵਿਮਿੰਗ ਪੂਲ ਦੇ ਵਿੱਚ, ਮੈਂ ਉਹਨਾਂ ਦਾ ਦਿਲੋਂ ਰੀ ਨਹੀਂ ਰਵਾਂਗਾ। ਉਸ ਇਨਸਾਨ ਨੇ ਮੇਰੇ ਨਾਲ ਪਿਆਰ ਕੀਤਾ, ਮੈਨੂੰ ਕਹਿੰਦੇ ਕਿੱਦਾਂ ਆਏ ਆ, ਮੈਂ ਕਿਹਾ ਇੱਦਾਂ ਕਬੱਡੀ ਕਰਾਉਣ, ਕਹਿੰਦੇ ਵੀ ਆਪਾਂ ਬਹੁਤ ਇਸ ਚੀਜ਼ ਦੇ ਆਸ਼ਕ ਬੰਦੇ ਹਾਂ, ਤੁਸੀਂ ਥੈਂਕ ਯੂ, ਤੁਸੀਂ ਪਾਕਿਸਤਾਨੀ ਕਬੱਡੀ ਨੂੰ ਪ੍ਰਮੋਟ ਕਰਦੇ ਹਾਂ, ਮੇਰੇ ਲਾਇਕ ਸੇਵਾ ਦੱਸਿਓ। ਮੈਂ ਕਿਹਾ ਕੋਈ ਸੇਵਾ ਨਹੀਂ ਜੀ, ਮੈਂ ਕਿਹਾ ਤੁਸੀਂ ਟੂਰਨਾਮੈਂਟ 'ਤੇ ਆਉਣਾ, ਮੈਂ ਉਹਨਾਂ ਦੀ ਆਈ ਡੀ ਬਣਾਈ, ਟੂਰਨਾਮੈਂਟ 'ਤੇ ਆਏ, ਟਰੈਕ ਸੂਟ ਪਾਇਆ ਸੀ, ਗਰਾਊਂਡ 'ਚ ਆਏ, ਬਹੁਤ ਟੌਪ ਦੇ ਬਿਜ਼ਨਸਮੈਨ ਆ ਫੈਸਲਾਬਾਦ ਤੋਂ। ਉਹ ਕਹਿੰਦੇ ਯਾਰ 1,00,000 ਰੁਪਇਆ ਪਲੇਅਰਾਂ 'ਚ ਬਣ ਦਿਓ। ਵਾਹ ਕਮਾਲ, ਮੈਂ ਕਿਹਾ ਜੀ ਸਲੂਟ ਆ। ਸਭ ਤੋਂ ਪਹਿਲਾਂ ਮੈਂ ਮਾਈਕ ਫੜ ਕੇ ਉਹਨਾਂ ਦਾ ਨਾਂ ਬੋਲਿਆ ਔਰ ਪੈਸੇ ਬੋਲੇ ਕਿ 1,00,000 ਰੁਪਇਆ ਦੇ ਕੇ ਗਿਆ ਪਲੇਅਰਾਂ 'ਚ ਵੰਡਣ ਲਈ। ਮੈਂ ਇਹ ਵੀ ਕਹਿ ਸਕਦਾ ਸੀ ਕਿ 1,00,000 ਰੁਪਇਆ ਬੋਲਣ ਦੀ ਵੀ ਨਹੀਂ ਮੈਨੂੰ ਲੋੜ ਸੀ, ਮੈਂ ਜੇਬ 'ਚ ਵੀ ਪਾ ਸਕਦਾ ਸੀ। ਜਿਹੜੇ ਕਿ ਇੱਥੇ ਪੈਂਦੇ ਆ
मैच दिक्कत आंदी है, रोला बन जाता उधर बाहर नहीं बनता, तुसी यार कि रूल चेंज किया घट रोला बनिया जी बिलकुल, लेकिन मैच वधिया होया जेकर चीट करनी है खेडन का फायदा नहीं कोई। हुण देखो शुरू तो ही रूल चलता आ रहा है जो कॉमन नंबर का कि बाहर नूं खिच के लैके जाना बंदे का पैर ला देना फड़ के जां हाथ ला लेना, कबड्डी थोड़ी है यार ਇਹ ਸਟੋਪਰ ਆ ਉਧਰ ਰੇਡਰ ਤੇ 5 ਲੱਖ ਰੁਪਿਆ ਲੱਗ ਗਿਆ ਇਹਨੇ ਜਫਾ ਲਾਤਾ ਪੂਰੀ ਦੁਨੀਆ ਤੇ ਨਹੀਂ ਹੁੰਦਾ ਇਹਨੇ ਕਦੇ ਵੀ ਇੰਨਾ ਰੂਲ ਹੀ ਹੈ ਨਹੀਂ ਜੀ ਕਬੱਡੀ ਦੇ ਵਿੱਚ ਇਹ ਤਾਂ ਇਸ ਕਰਕੇ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਤੇ ਸਾਰੇ ਕੋਚ ਸਾਹਿਬਾਨਾਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੀ ਰਿਕੁਐਸਟ ਮੰਨੀ, ਪਲੇਅਰਾਂ ਨੇ ਮੇਰੀ ਮੰਨੀ ਕਿ ਠੀਕ ਆ ਭਾਜੀ ਤੁਸੀਂ ਸਹੀ ਕਹਿੰਦੇ ਆ ਕਿ ਇਹ ਰੂਲ ਇੱਦਾਂ ਹੋਣਾ ਚਾਹੀਦਾ। ਔਰ ਵਰਲਡ ਲੈਵਲ ਤੇ ਰੂਲ ਇਹ ਆ ਦੇਖੋ ਤੁਹਾਡੇ ਹੁਣ ਪਾਕਿਸਤਾਨ ਦੇ ਪਲੇਅਰ ਇੰਟਰਨੈਸ਼ਨਲ ਲੈਵਲ ਤੇ ਖੇਡਣ ਜਾਂਦੇ ਆ, ਸਾਰੇ ਪਲੇਅਰ ਬਾਹਰ ਖੇਡਦੇ ਆ, ਪਤਾ ਹੈ ਸਾਰਿਆਂ ਨੂੰ। ਤੇ ਸਪੈਸ਼ਲ ਥੈਂਕਸ ਮੈਂ ਕਰਦਾ ਸਾਰੇ ਕੋਚ ਸਾਹਿਬਾਨਾਂ ਦਾ ਜਿਨ੍ਹਾਂ ਨੇ ਇਹ ਰੂਲ ਨੂੰ ਮੰਨਿਆ ਤੇ ਕੁਛ ਨਾ ਕੁਛ ਬੈਟਰ ਕੀਤਾ, ਆਪਾਂ ਹਰੇਕ ਸਾਲ ਕੁਛ ਨਾ ਕੁਛ ਵਧੀਆ ਕਰੀਦਾ। ਇਸੇ ਤਰ੍ਹਾਂ ਕਬੱਡੀ ਹੋਣੀ ਚਾਹੀਦੀ ਹੈ ਜਿਹੜੀ ਸੱਚੀ ਤੇ ਸੁੱਚੀ ਗੱਲ ਆ, ਆਪਾਂ ਉਹਨਾਂ ਓਨੈਸਟੀ ਰਹਿ ਕੇ ਚੱਲੀਏ, ਆਪਾਂ ਚੀਟ ਨਾ ਕਰੀਏ। ਹੁਣ ਬੰਦੇ ਨਾਲ ਕੋਈ ਰੂਲ ਹੀ ਨਹੀਂ ਬਣਦਾ, ਉਹ ਰੂਲ ਆਪਾਂ ਧੱਕੇ ਨਾਲ ਵਿੱਚ ਪਾੜ ਲਈਏ ਤੇ ਬੜਾ ਮੈਂ ਥੈਂਕਸ ਬੋਲਿਆ ਸਾਰਿਆਂ ਦਾ, ਇੰਜੋਏ ਵੀ ਇਹ ਰੂਲ ਹੁਣ ਹੋਣੇ ਚਾਹੀਦੇ ਪੱਕਾ ਹੀ, ਪੱਕਾ ਰੂਲ ਹੋਣਾ ਚਾਹੀਦਾ ਹੈ। ਕੋਈ ਆ ਫੜ ਕੇ ਲਾਉਣ ਵਾਲਾ ਰੂਲ ਨਹੀਂ ਹੋਣਾ ਚਾਹੀਦਾ ਹੱਥ ਨਾਲ, ਇਹ ਰੂਲ ਹੀ ਹੈ ਨਹੀਂ ਗਾ ਕਬੱਡੀ 'ਚ, ਕਾਮਨ ਨੰਬਰ ਹੀ ਨਹੀਂ ਹੁੰਦਾ ਕਬੱਡੀ 'ਚ, ਪਹਿਲਾਂ ਬਾਹਰ ਨੂੰ ਖਿੱਚ ਕੇ ਲਈ ਜਾਂਦੇ ਹੁੰਦੇ ਸੀ। ਸਾਨੂੰ ਇਸ ਵਾਸਤੇ ਸਾਡੇ ਪਾਕਿਸਤਾਨ ਨੂੰ ਬਾਹਰ ਜਾ ਕੇ ਇਸ ਬੜਾ ਮਸਲਾ ਬਣਦਾ ਇਹਨਾਂ ਨਾਲ ਨੰਬਰਾਂ ਨੂੰ ਜਾ ਕੇ। ਹਾਂਜੀ, ਪਰ ਪਲੇਅਰ ਯੂਜ਼ ਟੂ ਹੋ ਗਏ, ਹੁਣ ਹੋ ਗਏ ਬਾਹਰ ਖੇਡਦੇ ਨਾ, ਉਹਨਾਂ ਨੂੰ ਪਤਾ ਲੱਗ ਗਿਆ, ਉਹ ਬਿਲਕੁਲ ਉੱਦਾਂ ਹੀ ਖੇਡਦੇ ਆ, ਉਹਨਾਂ ਨੂੰ ਪਤਾ ਗਿਆ ਆਹ ਰੂਲ ਹੈ, ਇੱਥੇ ਫਸਟ ਟੱਚ ਹੀ ਹੋਣਾ ਚਾਹੀਦਾ। ਵਧੀਆ ਆ ਤੇ ਭਾਈ ਬਲਾਲ, ਵਧੀਆ ਤੇ ਭਾਈ ਬਲਾਲ, ਤੁਸੀਂ ਮਾਸ਼ਾਅੱਲਾ ਬੈਸਟ ਹੋਏ ਹੋ, ਬੜੀ ਵਧੀਆ ਗੱਲ ਆ। ਤੇ ਤੁਹਾਨੂੰ ਕਬੱਡੀ ਦੀ ਪ੍ਰੂਵਮੈਂਟ ਤੁਹਾਡੀ ਉਹ ਬਾਹਰ ਖੇਡ ਖੇਡ ਕੇ ਜ਼ਿਆਦਾ ਮਾਸ਼ਾਅੱਲਾ ਬਹੁਤ ਅੱਛੀ ਹੋ ਗਈ ਆ, ਤੁਹਾਨੂੰ ਗ੍ਰਾਸੀ ਗਰਾਉਂਡ ਵਧੀਆ ਲੱਗਦਾ ਜਾਂ ਇਹ ਦੂਜਾ ਪਲੇਅਰਾਂ ਨੂੰ ਬਰਾਬਰ ਹੁੰਦਾ ਜੀ, ਕੱਚਾ ਗਰਾਊਂਡ ਬਾਦਗਾਦ ਕਿਤੇ ਨਰਮ ਇੰਨਾ ਕੁ ਹੋ ਜਾਂਦਾ, ਜਾਫੀ ਦਾ ਬਣ ਜਾਂਦਾ, ਬਾਦਗਾਦ ਸਖਤ ਇੰਨਾ ਕੁ ਹੋ ਜਾਂਦਾ ਆ ਕਿ ਉਹ ਦੋਵਾਂ ਦੀ ਨਹੀਂ ਹੁੰਦਾ। ਇਸ ਲਈ ਜਿਹੜਾ ਗ੍ਰਾਸੀ ਗਰਾਊਂਡ ਆ ਉਹ ਦੋਵਾਂ ਪਲੇਅਰਾਂ ਲਈ ਬਰਾਬਰ ਹੁੰਦਾ, ਉੱਥੇ ਖੇਡਣ ਦਾ ਵਧੀਆ ਲੱਗਦਾ। ਬਾਕੀ ਗੇਮ ਹੁੰਦੀ ਆ ਉਹ ਰੱਬ ਦੀ ਦਿੱਤੀ ਹੁੰਦੀ ਆ, ਉਹ ਨੂਰ ਰੱਬ ਨੇ ਪਾਉਣਾ, ਉਹ ਚਾਹੇ ਤੇ ਗਰਾਸੀ 'ਚ ਪਾ ਦੇ ਤੇ ਚਾਹੇ ਮਿੱਟੀ ਵਾਲੇ 'ਚ ਪਾ ਦੇ, ਉਹ ਤਾਂ ਤੁਹਾਡੀ ਮਿਹਨਤ ਦਾ ਸਿਲਾ ਰੱਬ ਨੇ ਦੇਣਾ। ਟੀਮ ਆਸਟ੍ਰੇਲੀਆ ਵਾਸਤੇ ਤੁਹਾਨੂੰ ਪ੍ਰਮੋਟ ਕੀਤੀ ਆ, ਨਿਊਜ਼ੀਲੈਂਡ ਵਾਸਤੇ, ਪਾਕਿਸਤਾਨ ਵਾਸਤੇ, ਤੁਹਾਨੂੰ ਕਿੱਦਾਂ ਕੋਚ ਲੱਗਦਾ, ਵਧੀਆ ਪ੍ਰਮੋਟਰ ਵਧੀਆ ਲੱਗਦਾ? ਜਿਹੜੇ ਜੀ ਭਾਈ ਸ਼ੱਬੇ ਹਥਿਆੜਾ ਦਾ, ਪਹਿਲਾਂ ਤਾਂ ਮੈਂ ਸ਼ੁਕਰੀਆ ਅਦਾ ਕਰਦਾ ਭਾਈ ਲੱਕੀ ਹੋਣਾ ਦਾ, ਮਤਲਬ ਇਹਨਾਂ ਨੇ ਪਾਕਿਸਤਾਨ 'ਚ ਕਬੱਡੀ ਦਾ ਇੱਕ ਟ੍ਰੈਂਡ ਚੇਂਜ ਕੀਤਾ। ਦੂਜਾ ਉਹ ਪ੍ਰਮੋਟਰ, ਲੋਕ ਬਹੁਤ ਸਾਰੀਆਂ ਗੱਲਾਂ ਕਰਦੇ ਆ, ਬਹੁਤ ਸਾਰੇ ਕਮੈਂਟੇਟਰ ਨਾਮ ਲੈਣੋ ਕਤਰਾਉਂਦੇ ਉਹਨਾਂ ਦਾ, ਲੇਕਿਨ ਮੈਂ ਉਸ ਪ੍ਰਮੋਟਰ ਨੂੰ ਸਲੂਟ ਦੇਣਾ ਕਿਉਂਕਿ ਉਹਨੇ ਸਾਡੀ ਪਾਕਿਸਤਾਨ ਦੀ ਕਬੱਡੀ ਨੂੰ ਇੱਥੋਂ ਚੁੱਕ ਕੇ ਇੱਥੇ ਖੜਿਆ, ਉਹਨੇ ਸਾਡੀ ਟੀਮ ਖੜੀ। ਉਹਨਾਂ ਉੱਥੇ ਜੇ ਕੋਈ ਖਰਚਾ ਕੋਈ ਗੱਲ ਹੋਈ, ਉਸ ਬੰਦੇ ਨੇ ਕਿਹਾ ਕਿ ਤੂੰ ਨਹੀਂ ਕੋਈ ਕਰਦਾ, ਮੈਂ ਮੋਢਾ ਲਾਉਣਾ ਪੂਰਾ, ਤੂੰ ਮੈਨੂੰ ਬਸ ਦੱਸ, ਲੇਕਿਨ ਮੈਂ ਉਹਨਾਂ ਦਾ ਸ਼ੁਕਰੀਆ ਅਦਾ ਕਰਦਾ। ਦੂਜੇ ਨੰਬਰ 'ਚ ਇੱਥੇ ਪਾਕਿਸਤਾਨ ਦੀ ਕਬੱਡੀ ਦੀ ਜਿਹੜਾ ਟੌਪ ਦਾ ਕਲੱਬ ਆ ਸਾਡਾ ਰਾਇਲ ਕਿੰਗ, ਜਿਹੜਾ ਉਹਨਾਂ ਦਾ ਕਲੱਬ ਸੀ, ਉਹਨਾਂ ਨੇ ਉਹਨੂੰ ਪੂਰਾ ਮੋਢਾ ਲਾਇਆ। ਅਤੇ ਬੰਦੇ ਕਈ ਆਉਂਦੇ ਆ ਜੀ ਉਹ ਫਲਾਣ ਆ, ਉਹ ਢੀਂਗ ਆ, ਉਹ ਇੰਝ ਆ, ਵੇਖੋ ਦੁੱਧ ਦਾ ਧੋਲਿਆ ਕੋਈ ਵੀ ਨਹੀਂ ਹੁੰਦਾ, ਲੇਕਿਨ ਉਹ ਕਬੱਡੀ ਲਈ ਕੰਮ ਬੰਦਾ ਕਰਨ ਡਿਆ, ਤੇ ਜਿਹੜਾ ਕਬੱਡੀ ਲਈ ਬੰਦਾ ਕੰਮ ਕਰਨ ਡਿਆ ਉਹਨੂੰ ਭਾਜੀ ਤੁਸੀਂ ਕਬੱਡੀ 'ਚ ਰੱਖ ਕੇ ਗੱਲ ਕਰੋ, ਉਹ ਵਧੀਆ ਆ ਸਾਡੇ ਲਈ, ਉਹ ਵਧੀਆ ਆ ਬਿਲਕੁਲ ਸਾਡੇ ਲਈ, ਉਹ ਮਸੀਹਾ ਆ, ਕਿਉਂਕਿ ਉਹਨੇ ਸਾਨੂੰ ਪਲੇਅਰਾਂ ਨੂੰ ਤਾਂ ਖੜਿਆ, ਅਸੀਂ ਉਹਨੂੰ ਕਦੀ ਵੀ ਮਾੜਾ ਨਹੀਂ ਕਹਿ ਸਕਦੇ। ਹਾਂ, ਜਿਹੜਾ ਉਹਨੂੰ ਕੋਈ ਮਾੜਾ ਆਉਂਦਾ ਆ ਸ਼ਾਇਦ ਸਾਨੂੰ ਬੁਰਾ ਲੱਗੇ, ਬਿਲਕੁਲ ਮੈਰਿਟ ਤੇ ਟੀਮ ਗਈ ਨਿਊਜ਼ੀਲੈਂਡ। ਦੂਸਰਾ, ਉਹਨਾਂ ਨੇ ਸਾਨੂੰ ਸਾਡੇ ਪਾਕਿਸਤਾਨ ਧਿਆਨ ਦਿੱਤਾ, ਹੋਰ ਕਿਸੇ ਬੰਦੇ ਨਹੀਂ ਕਦੀ ਦਿੱਤਾ, ਆਹ ਕਲੱਬ ਬਣਿਆ ਕਦੀ ਹੋਰ ਕਿਸੇ ਪ੍ਰਮੋਟਰ ਨਹੀਂ ਧਿਆਨ ਏਡਾ ਦੇ ਕੇ ਕੀਤਾ, ਲੇਕਿਨ ਉਹ ਬੰਦੇ ਨੇ ਹੁਣ ਵੀ ਉਹ ਕੰਮ ਕਰਤੇ ਜਿਹੜੇ ਅਸੀਂ ਸੋਚ ਹੀ ਭਾਜੀ ਨਹੀਂ ਸਕਦੇ। ਭਾਜੀ ਨੇ ਸਾਨੂੰ ਦੱਸਿਆ ਇੰਜ ਕਰਨਾ, ਅੱਜ ਉਹ ਕਰਨਾ ਭਾਈ, ਲੇਕਿਨ ਅਸੀਂ ਇਸ ਗੱਲ ਦੇ ਵਿੱਚ ਸਾਨੂੰ ਖੁਸ਼ੀ ਹੋਈ ਕਿ ਯਾਰ ਰੱਬ ਉਹਨੂੰ ਹੋਰ ਸਾਹ ਦੇਵੇ, ਰੱਬ ਭਾਈ ਲੱਕੀ ਉਹਨਾਂ ਨੂੰ ਦੇਵੇ ਸਾਹ। ਇਸੇ ਤਰ੍ਹਾਂ ਹੀ ਤੁਰੇ, ਵੇਖੋ ਮੇਰੇ ਇਕੱਲੇ ਘਰ ਰਿਸਕ ਨਹੀਂ ਹੁੰਦਾ, ਜਿਹੜੇ ਹੋਰ 10 ਪਲੇਅਰ ਜਾਂਦੇ ਨਾ ਉਹਨਾਂ ਦੇ ਘਰ ਵੀ ਰਿਸਕ ਹੁੰਦਾ, ਲੇਕਿਨ ਉਹ
ਝੋਟਾ ਪ੍ਰਮੋਟਰ ਮੈਂ ਕਹਿ ਸਕਦਾ ਉਹਨੂੰ, ਤੇ ਰੱਬ ਉਹਨੂੰ ਇੱਦਾਂ ਹੀ ਚੜ੍ਹਦੀ ਕਲਾ ਚ ਰੱਖੇ। ਬਾਕੀ ਕੋਈ ਬੰਦਾ ਦਾ ਨਾਮ ਬੋਲੇ ਨਾ ਬੋਲੇ, ਤਸਵੀਰ ਲਾਵੇ ਨਾ ਲਾਵੇ, ਜਿਹਨੂੰ ਇੱਜ਼ਤ ਰੱਬ ਦਿੰਦਾ ਆ ਉਹ ਮੈਂ ਵੀ ਨਹੀਂ ਘਟਾ ਸਕਦਾ, ਨਾ ਤੁਸੀਂ ਘਟਾ ਸਕਦੇ, ਨਾ ਕੋਈ ਚੈਨਲ ਵਾਲਾ ਘਟਾ ਸਕਦਾ, ਉਹ ਰੱਬ ਨੇ ਉਹਨੂੰ ਦੇਣੀ ਦੇਣੀ, ਉਹਨੂੰ ਕਿਸੇ ਹਾਲਾਤੀ ਵੀ ਦੇ ਦੇਣੀ। ਤੁਸੀਂ ਹੁਣ ਬਾਹਰ ਵੀ ਮਾਸ਼ਾਅੱਲਾ ਖੇਡ ਕੇ ਆਏ ਹੋ ਤੇ ਹੁਣ ਤੁਸੀਂ ਪਾਕਿਸਤਾਨ ਦੇ ਵਿੱਚ ਵੀ ਬਹੁਤ ਅੱਛਾ ਖੇਡੇ, ਤੁਸੀਂ ਕਬੱਡੀ ਦੇ ਵਿੱਚ ਕੋਈ ਨਵਾਂ ਕਰਨਾ ਚਾਹੁੰਦੇ ਹੋ, ਕੋਈ ਨਵਾਂ ਟ੍ਰੈਂਡ ਕੀ ਕਰਨਾ ਚਾਹੁੰਦੇ ਨਵਾਂ ਪਾਕਿਸਤਾਨ ਦੇ ਵਿੱਚ? ਜੀ ਅਸੀਂ ਕਬੱਡੀ ਦਾ ਇੱਕ ਸੋਚਿਆ ਸੀ ਕਿ ਅਸੀਂ ਇਨਸ਼ਾਅੱਲਾ ਤਾਲਾ ਇਹ ਟ੍ਰੈਂਡ ਲਿਆਉਣਾ ਚਾਹੁੰਦੇ ਹਾਂ ਕਿ ਜਿਹੜਾ ਪਲੇਅਰ ਰਿਜ਼ਰਵ ਕਰਦਾ ਆ ਜਾਂ ਸਾਨੂੰ ਚਾਹੀਦਾ ਆ ਉਹ ਸਾਡੇ ਨਾਲ ਰਾਬਤਾ ਕਰੇ, ਅਸੀਂ ਉਹਨੂੰ ਪੂਰੇ ਇੱਕ ਸਾਲ ਵਾਸਤੇ ਉਹਨਾਂ ਬਹਿ ਕੇ ਡੀਲ ਕਰਾਂਗੇ, ਉਹਨੂੰ ਪੂਰੇ ਸਾਲ ਦੇ ਪੈਸੇ ਐਡਵਾਂਸ ਦੇਵਾਂਗੇ, ਉਹ ਸਾਡੇ ਕਲੱਬ ਵੱਲੋਂ ਖੇਡੂ। ਉਹ ਤੋਂ ਇਲਾਵਾ ਅਗਰ ਵਧੀਆ ਪੂਰੇ ਸਾਲ 'ਚ ਖੇਡਦਾ ਉਹਦਾ ਲਹਿਦਾ ਤਰੀਕੇ ਨਾਲ ਮਾਣ ਸਨਮਾਨ ਕੀਤਾ ਜਾਊ, ਪੂਰਾ ਇੱਕ ਸਾਲ ਉਹਨੇ ਸਾਡੇ ਕਲੱਬ ਦੇ ਹੀ ਮੈਚ ਖੇਡਣੇ ਆ, ਪੈਸੇ ਐਡਵਾਂਸ ਦੇਵਾਂਗੇ ਉਹਨੂੰ ਸਾਰੇ। ਮੇਰੀ ਉਹਦੇ ਨਾਲ 5 ਲੱਖ 'ਚ ਗੱਲ ਮੁੱਕਦੀ ਆ, 10 'ਚ ਮੁੱਕਦੀ ਆ, 6 ਲੱਖ 'ਚ ਮੁੱਕਦੀ ਆ, 2 'ਚ ਮੁੱਕਦੀ ਆ, ਪੈਸੇ ਉਹਨੂੰ ਐਡਵਾਂਸ, ਅਤੇ ਮੈਚ ਉਹਨੇ ਸਾਰਾ ਸਾਲ ਸਾਡੇ ਕਲੱਬ ਦੇ ਖੇਡਣੇ ਆ। ਇੱਕ ਸਾਲ ਖੇਡ ਕੇ ਉਸ ਤੋਂ ਬਾਅਦ ਨਵੇਂ ਸਿਰੇ ਅਗਰ ਉਹ ਕਰਦਾ ਸਹੀ ਨਹੀਂ ਕਿਸੇ ਹੋਰ ਵੱਲੋਂ ਜਾਂਦਾ ਸਹੀ। ਅਸੀਂ ਲੇਕਿਨ ਹੁਣ ਇਹ ਟ੍ਰੈਂਡ ਲਿਆਉਣਾ ਚਾਹੁੰਦੇ ਹਾਂ ਕਿ ਜਿਹੜਾ ਸਾਡੇ ਵੱਲੋਂ ਖੇਡੂ ਸਾਡੇ ਨਾਲ ਡੀਲ ਕਰਕੇ ਪੂਰੇ ਸਾਲ ਦੇ ਪੈਸੇ ਐਡਵਾਂਸ ਲਊਗਾ, ਪਰ ਮੈਂ ਸਾਰਾ ਸਾਲ ਉਹ ਰਾਇਲ ਕਿੰਗ ਦੇ ਹੀ ਖੇਡੂਗਾ। ਜੇ ਸਾਡੇ ਰਾਇਲ ਕਿੰਗ ਦਾ ਨਹੀਂ ਮੈਚ ਹੈਗਾ ਉਹ ਜਦੋਂ ਮਰਜ਼ੀ ਖੇਡੇ, ਕੋਈ ਨਹੀਂ ਚੱਕਰ, ਲੇਕਿਨ ਜਦੋਂ ਰਾਇਲ ਕਿੰਗ ਦਾ ਮੈਚ ਆਇਆ ਤਾਂ ਫਿਰ ਰਾਇਲ ਕਿੰਗ ਵੱਲੋਂ ਹੀ ਖੇਡੇਗਾ। ਅਸੀਂ ਇਹ ਆਉਂਦੇ, ਤੁਸੀਂ ਨਵਾਂ ਰੂਲ ਬਣਾ ਰਹੇ ਹੋ? ਬਣਾ ਰਹੇ, ਹਾਂਜੀ ਭਾਜੀ। ਇਹ ਤੁਸੀਂ ਯਾਨੀ ਕਿ ਬਾਹਰੋਂ ਸਿੱਖ ਕੇ ਆਏ ਹੋ ਭਾਜੀ? ਇਹਦੇ ਨਾਲ ਵਧੀਆ, ਇਹਦੇ ਨਾਲ ਪਲੇਅਰ ਨੂੰ ਵਧੀਆ ਆ, ਪਲੇਅਰ ਦੇ ਪੈਸੇ, ਪਲੇਅਰ ਨੂੰ ਪੈਸੇ ਬਣਨਗੇ, ਫਿਰ ਇੱਕ ਪਲੇਅਰ ਦਾ ਸਟੈਂਡਰਡ ਸੈੱਟ ਹੋ ਜਾਂਦਾ, ਹਰ ਬੰਦੇ ਨੂੰ ਪਤਾ ਹੁੰਦਾ ਕਿ ਰਾਇਲ ਕਿੰਗ ਦਾ ਪਲੇਅਰ ਆ। ਰਾਇਲ ਕਿੰਗ ਇਕੱਲੀ ਨਹੀਂ, ਜਿੰਨੇ ਵੀ ਕਲੱਬ ਨੇ ਉਹ ਸਾਰੇ ਇਸ ਤਰ੍ਹਾਂ ਡੀਲ ਕਰਨ ਪਲੇਅਰ ਨੂੰ ਪੈਸੇ ਬਣਨੇ ਚਾਹੁੰਦੇ ਆ, ਪਰ ਇਹ ਸਕੀਮ ਸਾਰੀ ਜਿਹੜੀ ਰਾਇਲ ਕਿੰਗ ਦੀ ਆ ਵੀ ਅਸੀਂ ਇੱਦਾਂ ਕਰਨਾ ਚਾਹੁੰਦੇ ਹਾਂ ਅਗਲੇ ਸਾਲ। ਪਰ ਹੋਰਾਂ ਕਲੱਬਾਂ ਨੂੰ ਵੀ ਬੇਨਤੀ ਆ ਤੇ ਪਲੇਅਰਾਂ ਨੂੰ ਵੀ ਕਿ ਥੋੜ੍ਹੇ ਸ਼ਾਰਪ ਹੋ ਜਾਓ, ਤੁਹਾਡਾ ਸਮਾਂ ਹੋਣੀ ਆ ਪੈਸੇ ਬਣਾਉਣ ਦਾ, ਤੁਸੀਂ ਪੈਸੇ ਮੰਗ ਕੇ ਖੇਡੋ, ਤੁਹਾਨੂੰ ਫ੍ਰੀ ਆਫ ਕੋਸਟ ਖੇਡਣ ਦੀ ਕੀ ਲੋੜ ਹੈ? ਤੁਸੀਂ ਪੈਸੇ ਲਓ, ਜਿਹੜਾ ਕਲੱਬ ਤੁਹਾਨੂੰ ਪੈਸੇ ਦਿੰਦਾ ਉੱਥੇ ਖੇਡੋ, ਆਪਣੇ ਉਸਤਾਦ ਦੀ ਵੀ ਰਿਸਪੈਕਟ ਕਰੋ, ਕੋਚ ਦੀ ਵੀ ਕਰੋ, ਉਹਨਾਂ ਬਗੈਰ ਵੀ ਨਾ ਕਿਤੇ ਜਾਓ। ਪਰ ਜੇ ਤੁਹਾਨੂੰ ਜ਼ਿਆਦਾ ਪੈਸੇ ਕੋਈ ਦਿੰਦਾ ਉਧਰੋਂ ਖੇਡਣਾ ਚਾਹੀਦਾ, ਪਰ ਜਿਹਦੇ ਨਾਲ ਤੁਸੀਂ ਐਗਰੀ ਹੋ ਜਾਓ ਫਿਰ ਤੁਸੀਂ ਉਧਰੋਂ ਹੀ ਖੇਡੋ, ਉਧਰੋਂ ਹੀ ਖੇਡੋ। ਹਾਂ, ਕਈ ਬੰਦੇ ਨੇ ਭਾਜੀ ਜਿਨ੍ਹਾਂ ਨੇ ਮੈਨੂੰ ਆ ਟੂਰਨਾਮੈਂਟ 'ਚ, ਮੈਂ ਸਭ ਤੋਂ ਵੱਡੀ ਗੱਲ ਕਰਨਾ ਚਾਹੁੰਦਾ, ਸਾਰਿਆਂ ਨੇ ਇੰਡੀਆ ਨੂੰ ਬਦਨਾਮ ਕੀਤਾ, ਇੰਡੀਆ 'ਚ ਪਲੇਅਰਾਂ ਨਾਲ ਇੰਜੂ ਹੁੰਦਿਆ, ਪਲੇਅਰਾਂ ਨਾਲ ਉਂਜੂ ਹੁੰਦਿਆ, ਲੇਕਿਨ ਉਹ ਕੰਮ ਪਾਕਿਸਤਾਨ 'ਚ ਵੀ ਹੋਣਾ ਇੱਕ ਦਿਨ। ਕਿੱਦਾਂ ਹੋਣਾ? ਪਲੇਅਰ ਮੈਨੂੰ ਹਾਂ ਕਰਤੀ ਆ ਜੀ ਮਹੀਨਾ ਡੇਢ ਪਹਿਲਾਂ ਕਿ ਤੁਹਾਡੇ ਵੱਲੋਂ ਖੇਡਣਾ ਜੀ, ਐਡਾ ਟਾਈਮ ਆ ਕੇ ਉਹ ਜਵਾਬ ਦੇ ਜਵਾਬ ਦੇ ਦੂਜੀ ਟੀਮ ਵੱਲੋਂ ਆ ਗਿਆ। ਮੈਨੂੰ ਇੱਕ ਗੱਲ ਦੱਸੋ, ਲੜਾਈਆਂ ਰੰਜਿਸ਼ਾਂ ਕਿੱਥੋਂ ਵੱਧ ਦੀਆਂ? ਇੱਥੇ ਵੱਧਦੀਆਂ ਨੇ ਬਿਲਕੁਲ, ਕਿ ਜਦੋਂ ਤੁਸੀਂ ਕਿਸੇ ਨੂੰ 2 ਨੰਬਰੀ ਕਰਨੀ ਆ, ਉਹਨੂੰ ਬਲੈਕਮੇਲ ਕਰਨਾ, ਕੱਲ੍ਹ ਕਲਾਂ ਨੂੰ ਜੇ ਕਿਸੇ ਨਾਲ ਵਾਧਾ ਘਾਟਾ ਹੋਣਾ, ਜੇ ਕਿਸੇ ਦੀ ਜ਼ਾਤ ਹੀ ਹੈ, ਤਾਂ ਹੁਣ ਜੇ ਅਗਰ ਏਡੇ ਵੱਡੇ ਕੱਪ 'ਚ ਆ ਕੇ ਮੈਨੂੰ ਮੇਰੀ ਅੱਧੀ ਟੀਮ ਹੀ ਕਹਿ ਦਿੰਦੀ ਮੈਂ ਨਹੀਂ ਉਹ ਖੇਡਦੀ, ਅਸੀਂ ਉਧਰੋਂ ਖੇਡਣਾ, ਤੇ ਫਿਰ ਬੰਦਾ ਗਲਤ ਫੈਸਲੇ ਚੁੱਕਦਾ ਆ ਬਿਲਕੁਲ। ਤੇ ਲੇਕਿਨ ਮੈਂ ਇੱਕ ਵਾਰੀ ਫਿਰ ਸਾਰਿਆਂ ਨੂੰ ਇਹ ਕਹਾਂਗਾ ਕਿ ਇੱਦਾਂ ਦੀ ਹਰਕਤ ਨਾ ਕਰੋ, ਹਾਂ ਨਹੀਂ ਖੇਡਣਾ ਨੂੰ ਸਿੱਧਾ ਕਹੋ ਮੈਂ ਨਹੀਂ ਖੇਡਣਾ, ਲੇਕਿਨ ਕਮਿਟਮੈਂਟ ਕਰਕੇ ਦੁਬਾਰਾ ਨੂੰ ਜਵਾਬ ਨਾ ਦਿਓ, ਕਿਉਂਕਿ ਉਹਦਾ ਈਵੈਂਟ ਖਰਾਬ ਹੁੰਦਾ ਆ ਬਿਲਕੁਲ। ਮੈਨੂੰ ਐਤਕੀ 2-3 ਪਲੇਅਰ ਸੀ ਜਿਨ੍ਹਾਂ ਨੇ ਕਿਹਾ ਕਿ ਅਸੀਂ ਖੇਡਣਾ ਆ, ਲੇਕਿਨ ਉਹ ਮੈਨੂੰ ਜਵਾਬ ਦੇ ਗਏ, ਜਵਾਬ ਕਾਹਤੋਂ ਦੇ ਗਏ ਕਿ ਤੂੰ ਸਾਨੂੰ ਨਿਊਜ਼ੀਲੈਂਡ ਨਹੀਂ ਲੈ ਗਿਆ। ਮੈਂ ਕਿਹਾ ਮੈਂ ਤਾਂ ਨਹੀਂ ਕਦੀ ਕਿਸੇ ਨੂੰ ਕੋਚ ਨੂੰ ਜਾਂ ਕਦੀ ਕਿਸੇ ਨਾਲ ਲੜਿਆ ਹਾਂ, ਜਦੋਂ ਮੈਂ ਬਾਹਰ ਨਹੀਂ ਗਿਆ ਕਿ ਮੈਨੂੰ ਬਾਹਰ ਨਹੀਂ ਤੂੰ ਖੜਿਆ, ਰਾਣੇ ਨਾਲ ਮੇਰਾ ਤਲਕ ਹੀ ਮੂੰਹ ਭਰਾਵਾਂ ਨਾਲ ਵੱਧ ਗਿਆ। ਉਹ ਅੱਜ ਤੱਕ ਮੇਰੇ ਤੋਂ ਪਹਿਲਾਂ 4 ਟੂਰ ਲਾਇਆ, ਮੈਂ ਉਹਨੂੰ ਕਦੀ ਅੱਜ ਤੱਕ ਇਸ ਜ਼ਬਾਨ ਤੋਂ ਨਹੀਂ ਗਿਆ ਰਾਣੇ ਅਲੀ ਨੂੰ ਕਿ ਰਾਣਾ ਮੇਰਾ ਕੁਛ ਕਰ, ਪਰ ਮੈਨੂੰ ਉਮੀਦ ਸੀ ਕਿ ਜਿੱਦਣ ਮੇਰੇ 'ਚ ਕੁਛ ਹੋਇਆ ਬਿਲਕੁਲ ਸਾਨੂੰ ਰੱਬ ਆਉਣਾ ਹਰੇਕ ਸਾਲ, ਮੈਂ ਇਸ ਚੀਜ਼ ਦਾ ਗਵਾਹ ਹਾਂ, ਮੈਨੂੰ ਨਹੀਂ ਅੱਜ ਤੱਕ ਇੰਨੀ ਕਿਹਾ ਮੈਂ ਭਾਈ ਲੱਕੀ ਨੂੰ, ਅੱਜ ਤੱਕ ਜ਼ਬਾਨ 'ਚੋਂ ਨਹੀਂ ਕੱਢੀ ਗੱਲ, ਜਦੋਂ ਤੂੰ ਵਧੀਆ ਹੋਇਆ ਤੈਨੂੰ ਅਸੀਂ ਸਾਥ ਇੱਦਾਂ ਹੀ, ਜਦੋਂ ਤੂੰ ਵਧੀਆ ਹੋਊਗਾ ਅਸੀਂ ਤੈਨੂੰ ਸਾਧਣਾ, ਇਸ ਗੱਲ ਦੀ ਕੀ ਗੱਲ ਹੈ ਵੀ ਤੁਸੀਂ ਮੈਨੂੰ ਲੈ ਕੇ ਨਹੀਂ ਗਏ, ਮੈਂ ਤੁਹਾਡੇ ਲਈ ਖੇਡਣਾ ਨਹੀਂ, ਇਹ ਥੋੜ੍ਹੀ ਨਾਰਾਜ਼ਗੀ ਹੈ ਕੋਈ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਤੇ ਰੱਬ ਨੇ ਅੱਜ ਐਸਾ ਟਾਈਮ ਵੀ ਲਿਆਂਦਾ ਜੀ ਕਿ ਮੈਂ ਪਲੇਅਰਾਂ ਤੋਂ ਇਲਾਵਾ ਵੀ ਬੰਦੇ ਖੜ ਸਕਿਆ, ਮੈਂ ਖੜਨੇ ਵੀ ਆ ਤੇ ਮੈਂ ਖੜਨਾ ਹੈਗਾ ਵੀ, ਜਿਵੇਂ ਮੇਰੇ ਟੀਮ ਤੋਂ ਇਲਾਵਾ ਵੀ, ਟੀਮ ਤੋਂ ਇਲਾਵਾ ਵੀ ਦੀ ਹੈਲਪ ਕੀਤੀ ਗਰੀਬ ਬੰਦੇ। ਮੈਂ ਇੱਕ ਗੱਲ ਕਰਦਾ ਕਿ ਜੇ ਅਗਰ ਮੇਰੇ ਹੱਥ 'ਚ, ਹਾਂ ਇਹ ਲੰਮਾ ਸਮਾਂ ਨਹੀਂ ਹੁੰਦਾ, ਮੈਨੂੰ ਇਹ ਵੀ ਪਤਾ ਹੈ ਬਿਲਕੁਲ, ਇਹ ਨਹੀਂ ਕਿ ਮਾਣਾ ਮੈਂ ਬੜਾ ਲੌਂਗ ਟਾਈਮ ਇਹ ਕੰਮ ਹੋਣਾ, ਜਿਹੜਾ ਵੀ ਸਾਲ ਹੋਵੇ, 2 ਹੋਵੇ, 3 ਹੋਵੇ, ਪਰ ਕਰਨੀ ਆਪਣੀ ਮਰਜ਼ੀ ਆ, ਜ਼ਿੰਦਗੀ ਟੀਮ ਖੜੀ ਆਪਣੀ ਮਰਜ਼ੀ ਨਾਲ ਖੜੇ ਸੀ, ਆਪਣੇ ਮੂੰਹ ਪਿਆਰ ਵਾਲੇ ਖੜੇ ਸੀ, ਤੇ ਉਹ ਖੜੇ ਜਿਹੜੇ ਰਿਜ਼ਰਵ ਕਰਦੇ ਸੀ, ਔਰ ਉਹਨਾਂ ਨੇ ਰਿਜ਼ਲਟ ਵੀ ਦਿੱਤਾ, ਉਹਨਾਂ ਰਿਜ਼ਲਟ ਵੀ ਦਿੱਤਾ, ਤੇ ਬਿਲਕੁਲ ਆਪਾਂ ਤੇ ਇੱਕ ਗੱਲ ਆਉਂਦੀ ਹੈ ਕਿ ਜੇ ਅੱਜ ਰੱਬ ਨੇ ਮੇਰੇ ਹੱਥ 'ਚ ਕੋਈ ਥੋੜ੍ਹਾ ਬਹੁਤਾ ਦੇ ਦਿੱਤੀ ਹੈ ਨਾ ਚੀਜ਼, ਤੇ ਮੈਂ ਜੇ ਉਹ ਚੀਜ਼ ਵੰਡਣੀ ਆ ਨਾ, ਮੈਂ ਇਹ ਨਾ ਕਹਾਂ ਕਿ ਹੁਣ ਜਿਹੜੇ ਮੇਰੇ ਨਾਲ ਬੁਰੇ ਟਾਈਮ ਖਲੋਤੇ ਉਹਨਾਂ ਨੂੰ ਮੈਂ ਛੱਡ ਕੇ ਤੇ ਬਾਹਰ ਸੁੱਟਦਾ, ਮੈਂ ਨਾ ਉਹਨਾਂ ਨੂੰ ਹੀ ਦੇਣੀ ਜਿਹੜੇ ਬੁਰੇ ਟਾਈਮ ਖਲੋਤੇ, ਭਾਵੇਂ ਮਾੜੇ ਨੇ
ਭਾਜੀ ਉਹ ਚੈਨੀ ਦਾ ਥੋੜਾ ਜਿਹਾ ਨੀ ਬਹੁਤ ਜ਼ਿਆਦਾ ਨੁਕਸਾਨ ਹੋਇਆ। ਟਾਈਮ ਦਾ ਚੰਗਾ ਜਾਫੀ ਆ ਆਹੀ ਕਿ ਅਸੀਂ ਕੱਪ ਵੀ ਨਾ ਹਰਦੇ ਇਦਾਂ ਹੀ ਕੁਛ ਅਸੀਂ ਫਾਈਨਲ ਚੁੱਕਦੇ ਕਿਉਂਕਿ ਉਹ ਤੇ ਬੰਦਾ ਬੜੇ ਬੜੇ ਪਲੇਅਰਾਂ ਨਾਲ ਪਿਆਰ ਹੈਗਾ ਆ ਪਰ ਉਹ ਰੱਬ ਦਾ ਹੀ ਬੰਦਾ ਚੈਨੀ ਜਿਹੜਾ ਆ ਪਲੇਅਰ ਵੀ ਤਕੜਾ ਤੇ ਉਹ ਚ ਰੱਬ ਵੀ ਹੈਗਾ। ਮੈਂ ਪਰ ਇੱਕ ਗੱਲ ਨੂੰ ਉਹਨੂੰ ਸਲੂਟ ਦੇਣਾ ਉਹਨੇ ਹਰ ਸ਼ਾਇਦ ਛੱਡਤੀ ਉਹਨੇ ਪੈਸਾ ਵੀ ਛੱਡਤਾ ਉਹਨੇ ਕਬੱਡੀ ਵੀ ਛੱਡਤੀ ਉਹਨੇ ਮੁਲਕ ਵੀ ਛੱਡਤਾ ਉਹਨੇ ਪਰ ਮਾਂ ਨੀ ਛੱਡੀ ਜਿਹਦੀਆਂ ਦੁਆਵਾਂ ਨਾਲ ਆਪਣੀ ਮਾਂ ਕੋ ਆਇਆ। ਲੇਕਿਨ ਮੈਂ ਵੀ ਮੈਂ ਹੋ ਸਕਦਾ ਕੋਈ ਹੋਰ ਪਲੇਅਰ ਹੁੰਦਾ ਰਿਸਕ ਲੈ ਜਾਂਦਾ ਕਿ ਕੋਈ ਨੀ ਹਜੇ ਮਤਲਬ ਕੋਈ ਇੱਦਾਂ ਦੀ ਗੱਲ ਨਹੀਂ ਹੋਈ ਮੈਂ ਮਤਲਬ ਈਵੈਂਟ ਖੇਡ ਜਾਂ। ਲੇਕਿਨ ਉਦੋਂ ਈਵੈਂਟ 'ਚ ਚਾਰ ਪੰਜ ਦਿਨ ਪਏ ਉਹਨੇ ਕਿਹਾ ਕਤਨ ਇਹ ਗੱਲ ਨਹੀਂ ਹੋਣੀ ਕਿਉਂਕਿ ਮੈਂ ਆਪਣੀ ਮਾਂ ਦੇ ਕੋਲ ਹੋਣਾ ਹੈ ਕਿਉਂਕਿ ਹਰ ਸ਼ਾਇਦ ਲੱਭ ਜਾਣੀ ਮਾਂ ਨਹੀਂ ਲੱਭਣੀ ਪਰ ਆਪਾਂ ਨੂੰ ਉਹਨੇ ਦਿਲੀ ਰਵਾਤਾ ਸਾਰਿਆਂ ਨੂੰ ਤੇ ਅੱਲਾਹ ਤਾਲਾ ਉਹਦੀ ਮਾਂ ਨੂੰ ਤੰਦਰੁਸਤੀ ਦੇਵੇ ਸਾਡੀ ਵੀ ਮਾਂ ਆ ਤੇ ਮਾਂ ਦਾ ਸਾਇਆ ਹਮੇਸ਼ਾ ਉਹਦੇ ਉੱਤੇ ਰਹੇ ਪਰ ਮੈਨੂੰ ਇੰਨਾ ਪਤਾ ਕਿ ਰੱਬ ਉਹਨੂੰ ਕਬੱਡੀ 'ਚ ਦਊ ਬੜਾ। ਬਿਲਕੁਲ ਹਾਂਜੀ ਭਾਈ ਲੱਕੀ ਤੁਸੀਂ ਬਿਲਾਲ ਨੂੰ ਇੱਥੇ ਮੋਸਟਲੀ ਦੇਖਦੇ ਹੋ ਬਾਹਰ ਵੀ ਦੇਖਦੇ ਹੋ ਇਹ ਬਾਹਰ ਵੀ ਕਰ ਜਾਂਦਾ ਜੋ ਇੱਥੇ ਹੁੰਦਾ ਨਾ ਐਰਕੀ ਵੀ ਇੰਸੀਡੈਂਟ ਵੀ ਹੋਇਆ ਇਹ ਬਹੁਤ ਜਜ਼ਬਾਤੀ ਜਿਹਾ ਵਾ ਅਗਰੈਸਿਵ ਹੋ ਜਾਂਦਾ। ਹਾਂ ਤਾਂ ਐਕਚੁਅਲੀ ਜਿਹੜੀ ਗੇਮ ਮੈਂ ਤੁਹਾਡਾ ਕੁਐਸਚਨ ਸਮਝ ਗਿਆ ਜਿਹੜੀ ਗੇਮ ਹੈ ਨਾ ਕਬੱਡੀ ਇਹ ਹੈ ਅਗਰੈਸਿਵ ਪੁਣੇ ਦੀ ਗੇਮ ਆ। ਸੋ ਸਾਡੇ ਵੀ ਇੰਡੀਆ ਦੇ ਵਿੱਚ ਬਹੁਤ ਪਲੇਅਰ ਨੇ ਅਗਰੈਸਿਵ ਪਹਿਲਾਂ ਬਾਜੀ ਜੰਡ ਹੁੰਦਾ ਸੀਗਾ ਉਹਨੇ ਕਿਤੇ ਨਾ ਕਿਤੇ ਮਾਰਨੀ ਇੱਕ ਅੱਧੀ ਹੈ ਨਾ ਪਲੇਅਰ ਨੂੰ ਇਹ ਪਲੇਅਰ ਦਾ ਇੱਕ ਸਟਾਈਲ ਹੁੰਦਾ ਦੂਸਰੇ ਪਲੇਅਰ 'ਤੇ ਪ੍ਰੈਸ਼ਰ ਪਾਉਣ ਦਾ ਹੈ ਨਾ। ਸੋ ਅਗਰੈਸਿਵ ਹੋ ਜਾਂਦੇ ਆ ਪਲੇਅਰ ਕੋਈ ਦੀ ਗੱਲ ਨਹੀਂ ਹੈਗੀ ਗਰਾਊਂਡਾਂ 'ਚ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਰਹਿੰਦੀਆਂ ਇੱਕ ਤਾਂ ਜਾਣ ਬੁੱਝ ਕੇ ਬੰਦਾ ਹੁੰਦਾ ਇੱਕ ਆਟੋਮੈਟੀਕਲ ਤੁਹਾਡੀ ਨੇਚਰ ਹੁੰਦੀ ਆ ਕੁਦਰਤੀ ਤੁਹਾਡੇ 'ਚ ਉਹ ਚੀਜ਼ ਹੋ ਜਾਂਦੀ ਆ ਉਹ ਕੁਦਰਤੀ ਵਾਲੀ ਚੀਜ਼ ਆ ਬਿਲਾਲ ਅਸਲਮ ਗਿੱਲ ਦੇ ਵਿੱਚ ਉਹ ਨੈਚੁਰਲੀ ਇਸੇ ਤਰੀਕੇ ਨਾਲ ਉਹ ਕੁਛ ਇਹ ਨਹੀਂ ਕਹਿੰਦਾ ਕਿ ਮੈਂ ਹੋਣਾ ਇੱਦਾਂ ਮੈਂ ਕਰਾਂ ਪਰ ਉਹ ਨੈਚੁਰਲੀ ਇਹ ਚੀਜ਼ ਬਣ ਜਾਂਦੀ ਆ ਕਈ ਲੋਕਾਂ ਨੂੰ ਪਸੰਦ ਨਹੀਂ ਇਹ ਚੀਜ਼ਾਂ ਪਰ ਖੈਰ ਇਹ ਗੇਮ ਦਾ ਇੱਕ ਹਿੱਸਾ ਆ ਜਦੋਂ ਅਸੀਂ ਖੇਡਦੇ ਹਾਂ ਜੇ ਅਸੀਂ ਆਪਣੇ ਜੋਸ਼ ਨਹੀਂ ਖੇਡਦੇ ਕਈ ਪਲੇਅਰਾਂ ਦਾ ਸਟਾਈਲ ਹੁੰਦਾ ਗਾ ਉਹਨੂੰ ਮਜ਼ਾ ਵੀ ਨਹੀਂ ਆਉਂਦਾ ਖੇਡਣ ਦਾ ਜਿੰਨਾ ਚਿਰ ਕੋਈ ਮਾੜਾ ਮੋਟਾ ਪਰਥੂ ਜਾਂ ਪਵੇ ਨਾ ਗ੍ਰੈਂਡ ਦੇਖਣ ਵਾਲਿਆਂ ਨੂੰ ਵੱਧ ਨਜ਼ਾਰਾ ਆਉਂਦਾ ਇਹੀ ਚੀਜ਼ ਦੇਖਣ ਜਾਂਦਾ ਬਿਲਾਲ ਗਿੱਲ ਹੋਵੇ ਬਿਲਾਲ ਮੌਸਮ ਢਿੱਲੂ ਹੋਵੇ ਵੀ ਆਹ ਚੀਜ਼ ਹੋਣੀ ਆ ਉੱਥੇ ਅਗਰੈਸਿਵ ਹੋਣਾ ਹੈਗਾ ਤੇ ਫਿਰ ਫਾਈਟ ਹੁੰਦੀ ਆ ਕੋਈ ਜਿਹੜੀ ਪਲੇਅਰ ਟੌਪ ਦੇ ਨੇ ਉਹ ਇਹ ਕੰਮ ਕਰਦੇ ਨੇ ਤੇ ਪਲੇਅਰ ਲੋਕਾਂ ਲਈ ਵੀ ਕਰਦੇ ਨੇ ਲੋਕਾਂ ਦਾ ਇੰਟਰਸਟ ਬਣਦਾ। ਹੁਣ ਦੇਖੋ ਆਪਣੇ ਮੈਚ ਦੇ ਵਿੱਚ ਉਦੋਂ ਅਗਰੈਸਿਵ ਹੋਏ ਬੰਦੇ ਦੋ ਠੀਕ ਆ ਜੀ ਰਾਜਪੂਤ ਤੇ ਆਪਣੇ ਬਿਲਾਲ ਉਨੀ ਇੰਟਰਸਟਿੰਗ ਮੈਚ ਹੋ ਗਿਆ ਦੇਖੋ ਕਿੱਦਾਂ ਇੰਟਰਸਟਿੰਗ ਹੋ ਗਿਆ ਇਹ ਬਿਲਾਲ ਅਸਲਮ ਗੱਲ ਦਾ ਵੀ ਹੈ ਕਿ ਨੈਚੁਰਲੀ ਹੈਗਾ ਪਰ ਇੰਟਰਸਟਿੰਗ ਬਣਾਉਂਦਾ ਮੈਚ। ਤੁਸੀਂ ਮੈਚ ਦੇਖ ਲਓ ਕੋਈ ਵੀ ਕੈਨੇਡਾ ਦਾ ਕੱਢ ਕੇ ਜੱਫੇ ਦੋ ਹੋਣਗੇ ਪਰ ਸਾਰੇ ਲੋਕਾਂ ਦੀ ਨਿਗਾਹ ਇੱਥੇ ਹੀ ਹੁੰਦੀ ਆ ਬਿਲਾਲ ਨੇ ਕਰਤਾ ਆਹ ਖੁਸ਼ੀ ਹਨਾ ਜਦੋਂ ਕਿ ਮਾਇੰਡ ਕੋਈ ਨੀ ਗੁੱਸਾ ਨੀ ਹੋਣਾ ਚਾਹੀਦਾ ਕਿਸੇ ਨੂੰ ਕਿ ਗੁੱਸਾ ਕਰਦੇ ਵੀ ਨਹੀਂ ਪਲੇਅਰ ਉਹ ਗਰਾਊਂਡ ਦੇ ਵਿੱਚ ਹੀ ਹੁੰਦੇ ਆ ਤੇ ਬਾਕੀ ਬਿਲਾਲ ਦਾ ਸੁਭਾਅ ਇਹਦਾ ਉਹਦਾ ਪਿਆਰ ਕਰਨ ਵਾਲਾ ਬੱਚਾ ਆ ਗਰਾਊਂਡ 'ਚ ਹੋ ਜਾਂਦਾ ਉੱਪਰ ਥੱਲੇ ਪਰ ਬਾਅਦ 'ਚ ਉਹੋ ਜਿਹਾ ਸਾਰੇ ਰਹਿੰਦੇ ਆ ਪਿਆਰ। ਅੱਛਾ ਤੁਸੀਂ ਹੁਣ ਪਾਕਿਸਤਾਨ ਦੀ ਕਬੱਡੀ ਦੇ ਹਵਾਲੇ ਨਾਲ ਕੋਈ ਆਪਣੇ ਬਾਰੇ ਗੱਲ ਕਰਨੀ ਚਾਹੋ ਤੇ ਦੱਸ ਸਕਦੇ ਹੋ? ਹਾਂਜੀ ਮੈਸੇਜ ਮੈਂ ਦੇਣਾ ਚਾਹੁੰਦਾ ਮੈਸੇਜ ਇਹੀ ਆ ਕਿ ਜਿੰਨੇ ਵੀ ਪਾਕਿਸਤਾਨ ਦੇ ਪਲੇਅਰ ਨੇ ਉਹ ਓਨੈਸਟਲੀ ਨਾਲ ਕਬੱਡੀ ਖੇਡਣ ਤੇ ਜਿਹੜੀ ਆਉਣ ਵਾਲੀ ਸਾਡੀ ਜਨਰੇਸ਼ਨ ਆ ਉਹ ਤੁਹਾਨੂੰ ਦੇਖ ਕੇ ਕਬੱਡੀ ਸਿੱਖਦੀ ਆ। ਸੋ ਤੁਸੀਂ ਵਧੀਆ ਕਬੱਡੀ ਖੇਡੋ ਨੀਟ ਐਂਡ ਰੋਲ ਕਬੱਡੀ ਖੇਡੋ। ਸੋ ਤੁਹਾਡਾ ਜਿਹੜਾ ਫੂਡ ਆ ਬਹੁਤ ਵਧੀਆ ਹੋਣਾ ਚਾਹੀਦਾ ਜਿਹੜਾ ਖਾਣਾ ਆ ਉਹਨੂੰ ਧਿਆਨ ਨਾਲ ਖਾਓ। ਹਾਰਟ ਅਟੈਕ ਬਹੁਤ ਹੋ ਰਹੇ ਨੇ ਕਦੇ ਵੀ ਬਿਮਾਰੀ ਬਾਹਰੋਂ ਉੱਡ ਕੇ ਨਹੀਂ ਆਉਂਦੀ ਕਿਸੇ ਨੂੰ ਬ੍ਰੇਨ ਹੈਮਰੇਜ ਕਿਸੇ ਨੂੰ ਹਾਰਟ ਅਟੈਕ ਸਭ ਤੋਂ ਬਿਗੈਸਟ ਹਾਰਟ ਅਟੈਕ ਪਾਕਿਸਤਾਨ 'ਚ ਹੋ ਰਹੇ ਨੇ ਪਲੇਅਰਾਂ ਨੂੰ ਵੀ ਹੋ ਰਹੇ ਨੇ ਤੁਹਾਨੂੰ ਵੀ ਪਤਾ ਕੀ ਚੱਲ ਰਿਹਾ ਕਬੱਡੀ ਦੇ ਵਿੱਚ। ਸੋ ਮੇਰੀ ਬੇਨਤੀ ਹੱਥ ਜੋੜ ਕੇ ਇਹ ਚੀਜ਼ਾਂ ਤੋਂ ਬਚੋ। ਕੁਛ ਵੀ ਤੁਸੀਂ ਲੈਣਾ ਚਾਹੁੰਦੇ ਹੋ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਚੀਜ਼ ਤੁਸੀਂ ਖਾਂਦੇ ਹੋ ਆਪਣੇ ਡਾਕਟਰ ਦੀ ਸਲਾਹ ਦੇ ਨਾਲ ਇਹ ਕੰਮ ਕਰੋ ਜ਼ਰੂਰੀ ਆ ਕਿਉਂਕਿ ਆਪਾਂ ਨੂੰ ਜ਼ਿੰਦਗੀ ਜ਼ਰੂਰੀ ਆ ਨਾ ਕਿ ਗੇਮ। ਗੇਮ ਰਹਿੰਦੀ ਆ 10 ਤੋਂ 15 ਸਾਲ ਉਸ ਤੋਂ ਬਾਅਦ ਤੁਹਾਡੀ ਜ਼ਿੰਦਗੀ ਆ ਉਸ ਤੋਂ ਬਾਅਦ ਤੁਹਾਡੇ ਬੱਚੇ ਆ ਉਹਨਾਂ ਬਾਰੇ ਸੋਚੋ ਬਹੁਤ ਬਹੁਤ ਜ਼ਰੂਰੀ ਆ। ਖਾਣਾ ਆਪਣਾ ਜਿਹੜਾ ਕੰਟਰੋਲ 'ਚ ਰੱਖੋ ਖਾਣਾ ਵੀ ਬਹੁਤ ਜ਼ਿਆਦਾ ਹੈਵੀ ਤੁਸੀਂ ਖਾਂਦੇ ਹੋ ਜਿਹੜਾ ਜਿਹੋ ਜਿਹਾ ਖਾਣਾ ਖਾਂਦੇ ਹੋ ਫਿਰ ਉਹੋ ਜਿਹਾ ਹੀ ਬੋਡੀ ਦੇ ਵਿੱਚ ਜਾ ਕੇ ਕੋਲੈਸਟ੍ਰੋਲ ਦੀਆਂ ਪ੍ਰੋਬਲਮਸ ਆ ਜਾਂਦੀਆਂ 40 ਤੋਂ ਬਾਅਦ ਬਹੁਤ ਪ੍ਰੋਬਲਮਸ ਆਉਂਦੀਆਂ ਬੋਡੀ ਨੂੰ। ਸੋ ਖਾਣਾ ਤੁਹਾਡਾ ਵਧੀਆ ਹੋਣਾ ਚਾਹੀਦਾ ਡਾਇਟ 'ਤੇ ਹੋਣਾ ਚਾਹੀਦਾ ਨਿਊਟ੍ਰੀਸ਼ਨ ਜ਼ਰੂਰ ਕੋਈ ਨਾ ਕੋਈ ਜਿਹੜੇ ਆਪਣੇ ਟ੍ਰੇਨਰਸ ਆ ਉਹਨਾਂ ਨੂੰ ਪੁੱਛਦੇ ਰਿਹਾ ਕਰੋ ਨਿਊਟ੍ਰੀਸ਼ਨ ਬਾਰੇ ਹਾਇਰ ਕਰ ਲਓ ਕੋਈ ਨਾ ਕੋਈ ਬੰਦਾ ਥੋੜ੍ਹੇ ਟਾਈਮ ਲਈ ਹਾਇਰ ਕਰ ਲਓ ਇੰਨੇ ਪੈਸੇ ਤੁਹਾਨੂੰ ਬਣਦੇ ਆ ਕਿਸੇ ਨੂੰ 20-25-30 ਹਜ਼ਾਰ ਦੇ ਵੀ ਦਿੱਤਾ ਆਪਣੇ ਖਾਣੇ ਵਾਸਤੇ ਕੋਈ ਮਾੜੀ ਗੱਲ ਨਹੀਂ ਹੋਊਗੀ। ਫਿੱਟ ਚਾਹੀਦੇ ਆ ਤੁਸੀਂ ਬਹੁਤ ਵਧੀਆ ਕਬੱਡੀ ਖੇਡ ਰਹੇ ਹੋ ਔਰ ਜਿਹੜੇ ਨਵੇਂ ਬੱਚੇ ਆਉਂਦੇ ਉਹ ਤੁਹਾਡੇ ਤੋਂ ਸਿੱਖਦੇ ਨੇ ਉਹਨਾਂ ਨੂੰ ਹਮੇਸ਼ਾ ਸਿਖਾਉਂਦੇ ਰਹੋ ਇਹ ਚੀਜ਼ਾਂ ਅਤੇ ਜਿਹੜੀ ਆਵਾਮ ਆ ਉਹਦਾ ਮੈਂ ਬਹੁਤ ਬਹੁਤ ਥੈਂਕ ਯੂ ਕਰਨਾ ਚਾਹੁੰਦਾ। ਤੁਸੀਂ ਜਿਹੜੇ ਪ੍ਰਮੋਟਰਸ ਨੇ ਇੱਥੇ ਬਹੁਤ ਉਹਨਾਂ ਦਾ ਵੀ ਥੈਂਕ ਯੂ ਔਰ ਜਿਹੜੇ ਮੈਸੇਜ ਮੇਰਾ ਖਾਸ ਤੌਰ 'ਤੇ ਪ੍ਰਮੋਟਰਾਂ ਨੂੰ ਇਹ ਆ ਕਿ ਜਿਹੜੇ ਫੇਕ ਜਿਹੜੇ ਤੁਸੀਂ ਕਰ ਰਹੇ ਹੋ ਨਾ ਸਨਮਾਨ ਕੁਝ ਪ੍ਰਮੋਟਰ ਸਾਰੇ ਨਹੀਂ ਕੁਝ ਪ੍ਰਮੋਟਰ ਉਹਨਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਇਹ ਕੰਮ ਨਾ ਕਰੋ। ਫੋਕੀ ਸ਼ੋਹਰਤ ਦੇ ਵਿੱਚ ਕੋਈ ਫਾਇਦਾ ਨਹੀਂ ਹੈਗਾ ਸਾਰਿਆਂ ਨੂੰ ਪਤਾ ਲੱਗ ਹੀ ਜਾਂਦਾ ਕਿੱਥੇ ਸਨਮਾਨ ਸਹੀ ਹੋਇਆ ਕਿੱਥੇ ਫੇਕ ਹੋਇਆ।
ਪਲੱਸ ਜਿਹੜੇ ਲੋਕਾਂ ਨੂੰ ਤੁਸੀਂ ਸਨਮਾਨ ਕਰਦੇ ਹੋ ਪਲੇਅਰਾਂ ਨੂੰ, ਉਹਨਾਂ ਦੇ ਨਾਲ ਇਹ ਬਹੁਤ ਵੱਡਾ ਧੋਖਾ ਆ, ਉਹਨਾਂ ਦੀ ਗੇਮ ਦੇ ਨਾਲ ਬਹੁਤ ਵੱਡਾ ਧੋਖਾ ਆ। ਸੋ ਤੁਸੀਂ ਜਿਹੜਾ ਕੰਮ ਕਰਨਾ ਓਨੈਸਟੀ ਕਰੋ, ਚਾਹੇ ਥੋੜ੍ਹਾ ਕਰ ਲਓ, ਸੋ ਲੰਮੇ ਟਾਈਮ ਚੱਲਦਾ। ਬਾਕੀ ਸਾਰਿਆਂ ਨੂੰ, ਪਾਕਿਸਤਾਨ ਦੀ ਆਵਾਮ ਨੂੰ ਮੇਰੇ ਵੱਲੋਂ ਹੱਥ ਜੋੜ ਕੇ ਬਹੁਤ ਬਹੁਤ ਵੰਸ ਅਗੇਨ ਥੈਂਕ ਯੂ। ਤੁਸੀਂ ਜਦੋਂ ਵੀ ਅਸੀਂ ਆਉਂਦੇ ਹੋ ਬੜਾ ਪਿਆਰ ਦਿੰਦੇ ਹੋ, ਟੂਰਨਾਮੈਂਟ 'ਤੇ ਆਉਂਦੇ ਹੋ, ਟੂਰਨਾਮੈਂਟ ਨੂੰ ਸਕਸੈਸਫੁਲ ਕਰਦੇ ਹੋ। ਇਹ ਜਿਹੜਾ ਟੂਰਨਾਮੈਂਟ ਹੈ ਤੁਹਾਡੇ ਲਈ ਕਰਵਾਇਆ ਜਾਂਦਾ, ਸਾਨੂੰ ਕੋਈ ਪ੍ਰੋਫਿਟ ਨਹੀਂ ਹੈ, ਅਸੀਂ ਤਾਂ ਲੋਸ ਹੀ ਕਰਦੇ ਹਾਂ, ਅੱਗੇ ਟਾਈਮ ਵੀ ਭੰਨਦੇ ਹਾਂ, ਸਾਰਾ ਕੁਛ ਕਰਦੇ ਹਾਂ। ਸੋ ਵੰਸ ਅਗੇਨ ਪਾਕਿਸਤਾਨ ਦੀ ਆਵਾਮ ਦਾ ਬਹੁਤ ਬਹੁਤ ਥੈਂਕ ਯੂ, ਅਤੇ ਜਿੰਨੇ ਵੀ ਮੇਰੇ ਨਾਲ ਮੈਨੂੰ ਪਿਆਰ ਕਰਨ ਵਾਲੇ ਜੁੜੇ ਆ, ਉਹਨਾਂ ਦਾ ਮੈਂ ਹਮੇਸ਼ਾ ਨਹੀਂ ਰਵਾਂਗਾ। ਸੋ ਜਿੰਨੇ ਵੀ ਦਰਸ਼ਕ ਜੁੜੇ ਹੋਏ ਨੇ ਸਾਡੇ ਟੂਰਨਾਮੈਂਟ ਦੇ ਨਾਲ, ਪਿਆਰ ਕਰਨ ਵਾਲੇ ਜੁੜੇ ਹੋਏ ਨੇ, ਸੋ ਸਪੈਸ਼ਲ ਥੈਂਕਸ ਕਬੱਡੀ ਦਾ ਇਸ਼ਕ ਜਿਹੜੀ ਟੀਮ ਸਾਡੀ ਅੱਜ ਇੰਟਰਵਿਊ ਕਰਨ ਆਈ ਆ, ਕਬੱਡੀ ਦਾ ਇਸ਼ਕ ਦਾ ਬਹੁਤ ਬਹੁਤ ਥੈਂਕ ਯੂ। ਸੋ ਇਸੇ ਤਰ੍ਹਾਂ ਤੁਸੀਂ ਸਾਰਿਆਂ ਨੂੰ ਪਿਆਰ ਦਿੰਦੇ ਰਹੋ, ਅਤੇ ਸਾਨੂੰ ਖਾਸ ਤੌਰ 'ਤੇ ਅਸੀਂ ਆਉਂਦੇ ਰਹੀਏ, ਆ ਕੇ ਇਹੋ ਜਿਹੇ ਈਵੈਂਟ ਕਰਵਾਈਏ। ਸੋ ਜਿਹੜਾ ਈਵੈਂਟ ਹੁੰਦਾ ਆ, ਇਹ ਬਹੁਤ ਵੱਡਾ ਈਵੈਂਟ ਆ ਪਾਕਿਸਤਾਨ ਦਾ। ਸੋ ਨੈਕਸਟ ਈਅਰ ਕੁਛ ਵੱਖਰਾ ਤੁਹਾਨੂੰ ਦੇਖਣ ਨੂੰ ਮਿਲੇਗਾ। ਬਹੁਤ ਬਹੁਤ ਥੈਂਕ ਯੂ ਸਾਡੀ ਇੰਟਰਵਿਊ ਕਰਨ ਲਈ। ਸੋ ਨੈਕਸਟ ਈਅਰ ਫਿਰ ਇੱਕ ਵਾਰੀ ਮਿਲਦੇ ਹਾਂ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ ਸਰ ਤੁਹਾਡਾ, ਸਾਨੂੰ ਤੁਸੀਂ ਇੰਨਾ ਟਾਈਮ ਦਿੱਤਾ, ਸਾਨੂੰ ਬਹੁਤ ਵਧੀਆ ਲੱਗਿਆ, ਸ਼ੁਕਰੀਆ ਜੀ।